ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕਾਂ। ਤੂੰ ਠਾਕੁਰ ਊਚ ਭਗਵਾਨ, ਧਨਾਸਰੀ ਮਹਿਲਾ ਪੰਜਵਾਂ, ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁਦੈਨ, ਕਹੂੰ ਨਾ ਭੀਜੈ ਸੰਜਮ ਸੁਆਮੀ, ਬੋਲੈ ਮਿੱਠੇ ਬੈਨ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਕੋ, ਬਿਖਮ ਨ ਜਾਈ ਲੈਨ ਰਹਾਉ। ਜਾਪ ਤਾਪ ਭਰਮਨ ਬਸੁਦਾ ਕਰ, ਉਰਧ ਤਾਪ ਲੈ ਗੈਨ, ਇਹ ਬਿਦ ਨੈ ਪਤਿਆਨੋ ਠਾਕੁਰ, ਜੋਗ ਜੁਗਤ ਕਰ ਜੈਨ। ਅੰਮ੍ਰਿਤ ਨਾਮ ਨਿਰਮੋਲਿਕ ਹਰ ਜਸ, ਤਿਨ ਪਾਇਓ ਜਿਸ ਕਰ ਪੈਨ। ਸਾਧ ਸੰਗ ਰੰਗ ਪ੍ਰਭ ਭਿਟੈ, ਨਾਨਕ ਸੁਖ ਜਨ ਰੈਨ। ਪਰਮ ਸਨਮਾਨਯੋਗ ਤਨ ਤਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਹੋ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਆਓ, ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਧਨਾਸਰੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 674 ਉੱਪਰ ਇਹ ਜੋ ਪਾਵਨ ਸ਼ਬਦ ਸੁਭਾਇਮਾਨ ਹੈ, ਜਿਸ ਦਾ ਆਪਾਂ ਹੁਣੇ ਪਾਠ ਸਰਵਣ ਕੀਤਾ ਹੈ। ਕੱਲ੍ਹ ਦੇ ਦੀਵਾਨ ਤੱਕ ਆਪਾਂ ਸ਼ਬਦ ਦੇ ਰਹਾਉ ਵਾਲੇ ਬੰਦ ਤੱਕ ਵਿਚਾਰ ਕਰ ਚੁੱਕੇ ਹਾਂ। ਗੁਰਦੇਵ ਜੀ ਸ਼ਬਦ ਦੇ ਬਾਕੀ ਬੰਦਾਂ ਵਿੱਚ ਕੀ ਵਿਚਾਰ ਬਖਸ਼ਿਸ਼ ਕਰਦੇ ਹਨ, ਵਿਚਾਰ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਸਨ, ਇੱਕ ਵਾਰੀ ਸੰਖੇਪ ਰੂਪ ਵਿੱਚ ਫਿਰ ਦੁਬਾਰਾ ਇਸ 'ਤੇ ਝਾਤ ਪਾ ਲਈਏ, ਤਾਂ ਕਿ ਪਹਿਲੇ ਬੰਦ ਨੂੰ ਸਮਝਣਾ ਸਾਡੇ ਵਾਸਤੇ ਸੌਖਾ ਹੋਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨ ਵਾਲੇ ਤੁਹਾਡੇ ਵਿੱਚ ਕਈ ਗੁਰੂ ਪਿਆਰੇ ਬੈਠੇ ਹੋਣਗੇ, ਜਿਨ੍ਹਾਂ ਨੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਸਹਿਜ ਪਾਠ ਕੀਤਾ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿਹੜੇ ਸ਼ਬਦ ਹਨ, ਉਹਨਾਂ ਵਿੱਚ ਜਿਹੜਾ ਰਹਾਉ ਦਾ ਬੰਧ ਹੈ, ਉਹ ਸ਼ਬਦ ਦਾ ਕੇਂਦਰੀ ਭਾਵ ਹੈ। ਬਹੁਤ ਐਸੇ ਸ਼ਬਦ ਨੇ ਜਿਨ੍ਹਾਂ ਵਿੱਚ ਰਹਾਉ ਦਾ ਬੰਧ ਦੋ ਵਾਰ ਵੀ ਆਉਂਦਾ, ਤਿੰਨ ਵਾਰ ਵੀ ਆਉਂਦਾ, ਚਾਰ ਵਾਰ ਵੀ ਆਉਂਦਾ। ਲਗਭਗ ਜਦੋਂ ਸ਼ਬਦ ਵਿੱਚ ਰਹਾਉ ਦਾ ਬੰਧ ਦੋ ਵਾਰ ਆਵੇ ਤਾਂ ਉਹਦਾ ਸਿੱਧਾ ਜਿਹਾ ਭਾਵ ਹੁੰਦਾ ਹੈ, ਇੱਕ ਰਹਾਉ ਦੇ ਬੰਧ ਵਿੱਚ ਸਤਿਗੁਰੂ ਜੀ ਨੇ ਸਵਾਲ ਪੈਦਾ ਕੀਤਾ ਹੈ, ਦੂਜੇ ਰਹਾਉ ਦੇ ਬੰਧ ਵਿੱਚ ਉਸੇ ਸਵਾਲ ਦਾ ਜਵਾਬ ਦਿੱਤਾ ਹੈ। ਜੇ ਇੱਕ ਵਾਰੀ ਰਹਾਉ ਦਾ ਬੰਧ ਆਵੇ ਤਾਂ ਫਿਰ ਤਾਂ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੇ ਬੰਧ ਵਿੱਚ ਹੈ, ਬਾਕੀ ਬੰਦ ਉਹਦੀਆਂ ਪਰਿਕਰਮਾ ਕਰਦੇ ਨੇ, ਉਸਨੂੰ ਹੋਰ ਵਿਸਥਾਰ ਦਿੰਦੇ ਹਨ।
ਅੱਜ ਸਾਡੇ ਵਿੱਚ ਭੁਲੇਖੇ ਵੀ ਤਾਂ ਪੈ ਰਹੇ ਨੇ ਵੀ ਇਕੱਲੀਆਂ ਇਕੱਲੀਆਂ ਬਾਣੀ ਦੀਆਂ ਤੁਕਾਂ ਲੈ ਕੇ ਜਦੋਂ ਸਾਡੇ ਸਾਹਮਣੇ ਸਿਧਾਂਤ ਪੇਸ਼ ਕੀਤਾ ਜਾਂਦਾ ਸਾਨੂੰ ਇੰਝ ਲੱਗਦਾ ਕਿ ਗੁਰੂ ਸਾਹਿਬ ਕੁਝ ਹੋਰ ਕਹਿ ਰਹੇ ਨੇ, ਸਾਨੂੰ ਦੱਸਿਆ ਕੁਝ ਹੋਰ ਜਾ ਰਿਹਾ ਹੈ। ਉਹ ਅਧੂਰੀਆਂ ਪੰਕਤੀਆਂ ਲੈ ਕੇ ਸਾਡੇ ਸਾਹਮਣੇ ਅਸਲੀ ਸਿਧਾਂਤ ਆਉਂਦਾ ਹੀ ਨਹੀਂ। ਜਿਵੇਂ ਪਿਛਲੇ ਦਿਨੀ ਵੀ ਬੰਗਲਾ ਸਾਹਿਬ ਕਥਾ ਕਰਦਿਆਂ ਵਿਚਾਰ ਦਿੱਤੀ ਸੀ ਕਿ ਜਦੋਂ ਤੀਰਥਾਂ ਦੀ ਗੱਲ ਆਉਂਦੀ ਅਕਸਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜੋ ਵਾਕ ਹੈ ਤੀਰਥਾਂ ਬਾਰੇ ਉਹ ਸਿੱਧਾ ਜਿਹਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਜਾਂ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕਿ ਨਹਾਏ ਕਰੀ। ਪਰ ਗੁਰੂ ਗ੍ਰੰਥ ਸਾਹਿਬ ਦੀਆਂ ਇਹ ਤੁਕਾਂ ਲੈ ਕੇ ਵੀ ਸਾਡੇ ਸਾਹਮਣੇ ਪ੍ਰਚਾਰ ਕੀਤਾ ਜਾਂਦਾ, ਤੀਰਥ ਨਹਾਈਐ ਸੁੱਖ ਫਲ ਪਾਈਐ ਮੈਲ ਨਾ ਲੱਗੈ ਕਾਈ। ਹੁਣ ਜਿਹੜਾ ਆਮ ਸਰੋਤਾ ਹੈ ਉਹ ਭੁਲੇਖੇ 'ਚ ਪੈ ਜਾਂਦਾ, ਵੇਖੋ ਜੀ ਗੁਰਬਾਣੀ 'ਚ ਲਿਖਿਆ ਤੀਰਥਾਂ 'ਤੇ ਨਹਾਉਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹੁਣ ਉਹਨਾਂ ਭਲਿਆਂ ਨੂੰ ਕੌਣ ਸਮਝਾਵੇ ਵੀ ਹੈਗਾ ਤਾਂ ਗੁਰੂ ਗ੍ਰੰਥ ਸਾਹਿਬ 'ਚ ਹੀ ਹੈ, ਪਰ ਇਹ ਸਿੱਧ ਗੋਸ਼ਟ ਬਾਣੀ 'ਚੋਂ ਲਈ ਗਈ ਤੁਕ ਹੈ। ਇਹ ਗੱਲ ਜੋਗੀ ਕਹਿੰਦੇ ਨੇ, ਸਿੱਧ ਕਹਿੰਦੇ ਨੇ ਅਸੀਂ ਤੀਰਥਾਂ 'ਤੇ ਨਹਾਉਂਦੇ ਹਾਂ ਸਾਨੂੰ ਸੁੱਖ ਮਿਲਦਾ ਹੈ, ਗੁਰਮਤ ਨਹੀਂ ਕਹਿੰਦੀ। ਗੁਰੂ ਨਾਨਕ ਦਾ ਘਰ ਨਹੀਂ ਇਹ ਗੱਲ ਕਹਿੰਦਾ, ਉਹ ਇਹ ਜੋਗੀ ਕਹਿੰਦੇ ਨੇ, ਜੋਗੀਆਂ ਦਾ ਮਤ ਹੈ ਕਿ ਤੀਰਥ ਨਹਾਈਐ ਸੁੱਖ ਫਲ ਪਾਈਐ ਮੈਲ ਨਾ ਲੱਗੈ ਕਾਈ, ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਬਿਧ ਸਾਈ। ਗੋਰਖ ਪੂਤ, ਗੋਰਖ ਦਾ ਚੇਲਾ ਲੋਹਾ ਰੀਪਾ ਬੋਲੇ, ਲੋਹਾ ਰੀਪਾ ਗੋਰਖ ਦਾ ਚੇਲਾ ਇਹ ਗੱਲ ਕਹਿੰਦਾ ਹੈ ਤੀਰਥਾਂ 'ਤੇ ਨਹਾਉਣ ਨਾਲ ਸਾਨੂੰ ਸੁੱਖ ਮਿਲਦਾ, ਪਰ ਗੁਰਮਤ ਨਹੀਂ ਕਹਿੰਦੀ। ਗੁਰਮਤ ਨੇ ਕੁਝ ਹੋਰ ਖਿਆਲ ਦਿੱਤਾ ਹੈ ਕਿ ਸਤਿਗੁਰ ਦੀਆਂ ਵਿਚਾਰਾਂ ਹੀ ਤੇਰੇ ਵਾਸਤੇ ਅਸਲੀ ਤੀਰਥ ਸਥਾਨ ਹੈ, ਅਸਲੀ ਤੀਰਥ ਦੀ ਮੱਤਾ ਤੇਰੇ ਵਾਸਤੇ ਗੁਰੂ ਦਾ ਗਿਆਨ ਹੈ। ਪਰ ਇਹ ਚੀਜ਼ਾਂ ਸਾਡੇ ਤੱਕ ਪਹੁੰਚਣ ਨਹੀਂ ਦਿੱਤੀਆਂ ਗਈਆਂ ਕਿਉਂਕਿ ਵਿਪਰਵਾਦੀ ਸੋਚ ਸਾਡੇ ਮਨਾਂ 'ਤੇ ਪਾ ਦਿੱਤੀ ਗਈ। ਹੁਣ ਸਤਿਗੁਰ ਜੀ ਨੇ ਹੁਣ ਇਹ ਕੱਢਣ ਨੂੰ ਟਾਈਮ 'ਤੇ ਲੱਗਣਾ ਹੈ, ਸਮਾਂ ਲੱਗੇਗਾ, ਅਜੇ ਨਹੀਂ ਨਿਕਲਣਗੀਆਂ। ਇਹ ਮੰਨ ਕੇ ਚੱਲੋ ਜੋ ਇਹ ਲੰਮਾ ਸਮਾਂ ਸਤਿਗੁਰ ਜੀ ਦੀਆਂ ਵਿਚਾਰਾਂ ਵਿੱਚ ਗਾਇਬ ਪੈ ਗਿਆ, ਹੌਲੀ ਹੌਲੀ ਕੱਲ੍ਹ ਵੀ ਵਿਚਾਰਾਂ ਚੱਲ ਰਹੀਆਂ ਸਨ ਇੱਥੇ ਹੀ ਕਿ ਪੁਰਾਣੇ ਸਮੇਂ 'ਚ ਇੰਨੇ ਪਾਠ ਵੀ ਨਹੀਂ ਸਨ, ਇੰਨੇ ਕੀਰਤਨ ਦਰਬਾਰ ਵੀ ਨਹੀਂ ਸਨ, ਪਰ ਸਿੱਖੀ ਹੈਗੀ ਸੀ, ਸਿੱਖੀ ਦੀ ਵਿਚਾਰ ਹੈਗੀ ਸੀ। ਅੱਜ ਤੁਸੀਂ ਵੇਖ ਲਓ ਸਮਾਗਮ ਵੀ ਬਹੁਤ ਹੋ ਰਹੇ ਨੇ, ਕੀਰਤਨ ਦਰਬਾਰ ਵੀ ਹੋ ਰਹੇ ਨੇ, ਸਾਨੂੰ ਲੱਗ ਵੀ ਰਿਹਾ ਹੈ ਕਿ ਪ੍ਰਚਾਰ ਬਹੁਤ ਹੋ ਰਿਹਾ, ਕਮੀ ਕਿੱਥੇ ਆ ਗਈ ਹੈ? ਕਿਤੇ ਨਾ ਕਿਤੇ ਆਣ ਕੇ ਪ੍ਰਚਾਰ ਦਾ ਤਰੀਕਾ ਬਦਲ ਗਿਆ, ਕਿਤੇ ਨਾ ਕਿਤੇ ਆਣ ਕੇ ਭੁਲੇਖਾ ਪੈ ਗਿਆ ਕਿ ਸਿੱਖ ਨੇ ਆਪਣੇ ਘਰ ਵਿੱਚੋਂ ਗੁਰੂ ਸ਼ਬਦ ਦੀ ਵਿਚਾਰ ਨੂੰ ਕੱਢ ਦਿੱਤਾ। ਅੱਜ ਲੋੜ ਹੈ ਵਾਪਸ ਪਰਤ ਕੇ ਗੁਰੂ ਸ਼ਬਦ ਦੀ ਵਿਚਾਰ ਨੂੰ ਆਪਣੇ ਘਰਾਂ 'ਚ ਲਾਗੂ ਕਰਨ ਦੀ। ਸਮਾਂ ਹੀ ਨਹੀਂ ਹੈ ਕਿਸੇ ਕੋਲ, ਇੰਨਾ ਵਕਤ ਹੀ ਨਹੀਂ ਹੈ, ਨਾ ਸਮਾਂ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਪਰਮਾਤਮਾ ਦਾ ਨਾਮ ਜਪਿਆ ਮਨ ਵਿੱਚ ਚੈਨ ਆਉਣਾ ਹੈ। ਬਹੁਤ ਪ੍ਰਕਾਰ ਬੜੇ ਹੋਰ ਤਰੀਕੇ ਨੇ ਜਿਹੜੀ ਦੁਨੀਆ ਕਰਦੀ ਆਈ ਹੈ, ਅੱਜ ਵੀ ਹੋ ਰਹੇ ਨੇ। ਬਹੁ ਪ੍ਰਕਾਰ ਖੋਜੈ ਸਭ ਤਾਕਉ, ਬਹੁਤ ਤਰੀਕਿਆਂ ਨਾਲ ਨਿਰੰਕਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸ਼ਾਂਤੀ ਟਿਕਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਪਰ ਬਿਖਮ ਔਖਾ ਹੈ, ਨਾ ਜਾਈ ਲੈਣ। ਕਹਿਣ ਲੱਗੇ ਹੋਰ ਕੋ ਤਰੀਕਾ ਹੀ ਹੈ ਨਹੀਂ ਕਿ ਪਰਮਾਤਮਾ ਦੇ ਗੁਣ ਆਪਣੇ ਜੀਵਨ 'ਚ ਧਾਰਨ ਕਰਨ ਤੋਂ ਬਿਨਾਂ ਜੀਵਨ 'ਚ ਸ਼ਾਂਤੀ ਪੈਦਾ ਹੋ ਸਕੇ। ਕੱਲ੍ਹ ਤੱਕ ਆਪਾਂ ਵਿਚਾਰ ਕੀਤੀ ਸੀ ਨਾਮ ਕੀ ਹੈ, ਉਸਦੇ ਗੁਣ ਗਾਉਣੇ, ਉਹਦੇ ਗੁਣਾਂ ਦੀ ਵਿਚਾਰ ਕਰਨੀ, ਉਹਦੇ ਗੁਣਾਂ ਨੂੰ ਸਮਝਣਾ, ਉਹਦੇ ਗੁਣ ਗਾਉਣੇ, ਉਹਦੇ ਗੁਣ ਵਿਚਾਰਨੇ ਹੀ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਗੁਣਾਂ ਨੂੰ ਸਮਝਣਾ। ਆਹ ਵੀ ਨਾਮ ਜਪਿਆ ਜਾ ਰਿਹਾ, ਪਾਠ ਵੀ ਉਸਦਾ ਨਾਮ ਹੈ, ਕੀਰਤਨ ਵੀ ਉਸਦਾ ਨਾਮ ਹੈ, ਕਥਾ ਵੀ ਉਸਦਾ ਨਾਮ ਹੈ। ਤੁਸੀਂ ਕਿਸੇ ਨਾਲ ਰੱਬ ਦੀਆਂ ਗੱਲਾਂ ਕਰ ਰਹੇ ਹੋ ਤਾਂ ਇਹ ਵੀ ਉਸਦਾ ਨਾਮ ਹੈ, ਜਦੋਂ ਗੱਲਾਂ ਹੀ ਉਸਦੀਆਂ ਹੋ ਰਹੀਆਂ ਨੇ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ, ਹਰੇ ਹਰ ਗਾਈਐ ਸਰਵਣ ਸੁਣੀਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦ। ਇੱਕ ਖਿਆਲ ਹੋਰ ਸਾਂਝਾ ਕਰਾਂ, ਸਾਡੇ ਆਮ ਸਮਾਗਮਾਂ ਵਿੱਚ ਇਹ ਗੱਲ ਪ੍ਰਚਾਰੀ ਜਾਂਦੀ ਹੈ, ਤੁਹਾਨੂੰ ਪੂਰਨ ਤੌਰ 'ਤੇ ਹੱਕ ਹੈ, ਤੁਸੀਂ ਬੁਲਾਰੇ 'ਤੇ ਸਵਾਲ ਕਰੋ, ਕੌਮ ਦੇ ਕਿਸੇ ਰਾਗੀ 'ਤੇ ਸਵਾਲ ਕਰੋ ਜੇ ਤੁਹਾਨੂੰ ਲੱਗਦਾ ਹੈ ਇੱਥੇ ਗੁਰਮਤ ਉਲਟ ਪ੍ਰਚਾਰ ਕੀਤਾ ਜਾ ਰਿਹਾ ਹੈ।
ਹੱਕ ਹੈ ਨਾ ਪੂਰਨ ਤੌਰ 'ਤੇ, ਬਾਸ਼ਰਤ ਕਿ ਸਵਾਲ ਕਰਨ ਵਾਲੇ ਕੋਲ ਬਾਣੀ ਦੀ ਵਿਚਾਰ ਹੋਵੇ, ਉਹਦਾ ਸਵਾਲ ਗੁਰਬਾਣੀ ਦੀ ਰੌਸ਼ਨੀ ਵਿੱਚ ਹੋਵੇ। ਜਦੋਂ ਆ ਸਵਾਲ ਹੋਵੇ ਉਹ ਕਹੇ ਜੀ ਗੁਰਬਾਣੀ 'ਚੋਂ ਮੈਂ ਇੱਦਾਂ ਪੜ੍ਹਿਆ। ਕਈ ਵਾਰੀ ਸਵਾਲ ਕਰਨ ਵਾਲਾ ਕਹਿੰਦਾ ਜੀ ਮੈਂ ਤਾਂ ਇੱਦਾਂ ਸੁਣਿਆ ਸੀ, ਜੋ ਸੁਣਿਆ ਸੀ ਜ਼ਰੂਰੀ ਨਹੀਂ ਉਹ ਗੁਰਬਾਣੀ ਦੀ ਕਸਵੱਟੀ 'ਤੇ ਖਰਾ ਉਤਰਦਾ ਹੋਵੇ। ਖਰਾ ਉਹ ਉਤਰਨਾ ਹੈ ਜੋ ਗੁਰਬਾਣੀ ਹੈ, ਕਿਸੇ ਕੋਲੋਂ ਵੀ ਸੁਣਿਆ ਹੋਵੇ। ਹੁਣ ਇੱਕ ਚੀਜ਼ ਸਾਡੇ ਸਮਾਜ 'ਚ ਆਮ ਪ੍ਰਚਾਰੀ ਜਾਂਦੀ ਹੈ, ਜਿੱਦਾਂ ਅਸੀਂ ਦਸਵੰਧ ਕੱਢਦੇ ਹਾਂ ਵੀ ਕਮਾਈ ਦਾ ਦਸਵਾਂ ਹਿੱਸਾ, ਇੱਦਾਂ ਸਾਨੂੰ ਸਮੇਂ ਦਾ ਵੀ ਦਸਵੰਧ ਕੱਢਣਾ ਚਾਹੀਦਾ। ਮੈਂ ਕਥਾ ਬਾਰੇ ਇੱਕ ਬੇਨਤੀ ਕਰਦਾ। ਕਥਾ ਦਾ ਅਰਥ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿਧਾਂਤ ਪ੍ਰਚਾਰ ਨਾਲ। ਕੋਈ ਕਰਾਮਾਤੀ ਸਾਖੀਆਂ ਸੁਣਾਈ ਜਾਵੇ ਗੁਰੂ ਦੀ ਗੋਦ ਵਿੱਚ ਬੈਠ ਕੇ, ਕੋਈ ਗੈਬੀ ਸ਼ਕਤੀਆਂ ਦੀਆਂ ਗੱਲਾਂ ਕਰੀ ਜਾਵੇ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ, ਅਤੇ ਗੁਰਬਾਣੀ ਉਸ ਨਾਲ ਸਹਿਮਤ ਨਾ ਹੋਵੇ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਉਹ ਕਥਾ ਨਹੀਂ ਹੋ ਰਹੀ, ਗੁਰੂ ਦੇ ਕੋਲ ਬੈਠ ਕੇ ਵੀ ਉਹ ਕਥਾ ਨਹੀਂ ਹੋ ਰਹੀ। ਕਥਾ ਹੈ ਜੋ ਗੱਲ ਕਹੀ ਜਾ ਰਹੀ ਉਸ ਨਾਲ ਗੁਰਬਾਣੀ ਸਹਿਮਤ ਹੈ, ਗੁਰਬਾਣੀ ਉਸ ਗੱਲ ਦੀ ਗਵਾਹੀ ਭਰਦੀ ਹੈ, ਗੱਲ ਹੈ ਆ ਕਿ ਨਹੀਂ ਹੈ, ਕਥਾ ਦਾ ਅਰਥ ਇਹ ਹੀ ਹੈ ਨਾ। ਹੁਣ ਮੈਂ ਤੁਹਾਡੇ ਸਾਹਮਣੇ ਇੱਕ ਨੁਕਤਾ ਰੱਖਣ ਲੱਗਾ, ਤੁਸੀਂ ਆਪ ਵਿਚਾਰ ਲੈਣਾ। ਭਾਗਾਂ ਵਾਲੇ ਗੁਰਸਿੱਖੋ, ਆਮ ਕਰਕੇ ਗੱਲ ਆਮ ਪ੍ਰਚਾਰੀ ਜਾਂਦੀ ਹੈ, ਜਿਵੇਂ ਅਸੀਂ ਮਾਇਆ ਦਾ ਦਸਵੰਧ ਕਰਦੇ ਹਾਂ, ਸਾਨੂੰ ਸਮੇਂ ਦਾ ਵੀ ਦਸਵੰਧ ਕੱਢਣਾ ਚਾਹੀਦਾ। ਕਿਵੇਂ? 24 ਘੰਟਿਆਂ 'ਚੋਂ ਸਮੇਂ ਦਾ ਦਸਵੰਧ ਬਣਦਾ 2.5 ਘੰਟੇ। 2.5 ਘੰਟੇ ਸਾਨੂੰ ਰੱਬ ਦਾ ਸਿਮਰਨ ਕਰਨਾ ਚਾਹੀਦਾ, ਉਸਦੀ ਯਾਦ ਵਿੱਚ ਜੁੜਨਾ ਚਾਹੀਦਾ। ਹੁਣ ਜਿਸ ਵੀ ਬੁਲਾਰੇ ਨੇ, ਜਿਸ ਵੀ ਰਾਗੀ ਨੇ ਇਹ ਗੱਲ ਪ੍ਰਚਾਰੀ ਹੈ, ਤੁਹਾਨੂੰ ਪੂਰਨ ਤੌਰ 'ਤੇ ਹੱਕ ਹੈ, ਉਹਨੂੰ ਪੁੱਛੋ ਤਾਂ ਸਹੀ ਇਹ 24 ਘੰਟਿਆਂ 'ਚੋਂ 2.5 ਘੰਟੇ ਰੱਬ ਦਾ ਨਾਮ ਲੈਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਇੱਕ ਓਅੰਕਾਰ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਲਿਖੀ ਹੈ? ਕੋਈ ਇੱਕ ਤੁੱਕ ਵਿਖਾ ਦਿਓ, ਕੋਈ ਸ਼ਬਦ ਵਿਖਾ ਦਿਓ, ਕਿਹੜੇ ਗੁਰੂ ਨੇ ਕਹੀ ਹੈ, ਕਿਹੜੇ ਸਿੱਖ ਨੇ ਕਹੀ ਹੈ, ਕਿਹੜੇ ਭੱਟ ਸਾਹਿਬਾਨ ਨੇ ਕਹੀ ਹੈ, ਕਿਹੜੇ ਭਗਤ ਨੇ ਕਹੀ ਹੈ? ਹੁਣ ਆਪਾਂ ਸਤਿਗੁਰ ਨੂੰ ਪੁੱਛਣਾ ਹੈ ਕਿ ਮਹਾਰਾਜ ਤੁਸੀਂ ਦੱਸੋ, ਤੁਹਾਡੇ ਕੋਲੋਂ ਅਸੀਂ ਸਾਰੇ ਪੁੱਛ ਰਹੇ ਹਾਂ ਕਿ 24 ਘੰਟਿਆਂ 'ਚੋਂ 2.5 ਘੰਟੇ ਤੁਹਾਡੇ ਗੁਣ ਗਾਉਣੇ ਚਾਹੀਦੇ ਨੇ। ਮੈਂ ਨਿੱਕੀ ਜਿਹੀ ਉਦਾਹਰਣ ਦੇਵਾਂ, ਸ਼ਾਇਦ ਸਮਝ ਆ ਜਾਏ। ਗ੍ਰਿਸਤੀ ਹਾਂ, ਸਾਡੇ ਬੱਚਿਆਂ ਨੂੰ ਕੋਈ ਮਤ ਦੇਵੇ, ਕੋਈ ਗੁਆਂਢੀ, ਕੋਈ ਰਿਸ਼ਤੇਦਾਰ ਤੁਹਾਡੇ ਬੱਚਿਆਂ ਨੂੰ ਇਹ ਮਤ ਦੇਵੇ ਕਿ ਤੁਸੀਂ ਆਪਣੇ ਮਾਂ ਬਾਪ ਦੀ ਗੱਲ 24 ਘੰਟਿਆਂ 'ਚੋਂ 2.5 ਘੰਟੇ ਮੰਨਣੀ ਹੈ। ਕੋਈ ਵਿਅਕਤੀ ਸਾਡੇ ਬੱਚਿਆਂ ਨੂੰ ਇਹ ਮਤ ਦੇਵੇ, ਥੋੜ੍ਹਾ ਜਿਹਾ ਸੁਰਤ 'ਤੇ ਜ਼ੋਰ ਪਾ ਕੇ ਸੋਚਣਾ। ਕੋਈ ਸਾਡੇ ਪੁੱਤਰ ਨੂੰ, ਕੋਈ ਸਾਡੀ ਧੀ ਨੂੰ ਇਹ ਮਤ ਦੇਵੇ ਕਿ ਤੁਸੀਂ ਆਪਣੇ ਮੰਮੀ ਡੈਡੀ ਨੂੰ ਯਾਦ 24 ਘੰਟਿਆਂ 'ਚੋਂ 2.5 ਘੰਟੇ ਕਰਨਾ ਹੈ। ਕੀ ਉਹ ਬੰਦਾ ਸਾਨੂੰ ਚੰਗਾ ਲੱਗੇਗਾ ਜਿਹੜਾ ਸਾਡੇ ਬੱਚੇ ਨੂੰ ਇਹ ਮਤ ਦੇਵੇ? ਜਿਹੜਾ ਵਿਅਕਤੀ ਸਾਡੇ ਬੱਚਿਆਂ ਨੂੰ ਇਹ ਸੋਚ ਦੇਵੇ ਕਿ 24 ਘੰਟਿਆਂ 'ਚੋਂ 2.5 ਘੰਟੇ ਆਪਣੇ ਮਾਤਾ ਪਿਤਾ ਦੀ ਤੁਸੀਂ ਗੱਲ ਮੰਨਣੀ ਹੈ ਅਤੇ ਉਹਨਾਂ ਨੂੰ ਯਾਦ ਰੱਖਣਾ ਹੈ, ਇਹੋ ਗੱਲ ਕਹੀ ਜਾ ਰਹੀ ਹੈ ਨਾ, 24 ਘੰਟੇ 2.5 ਘੰਟੇ ਉਸਦਾ ਸਿਮਰਨ ਕਰਨਾ ਹੈ। ਇੱਕ ਦੁਨਿਆਵੀ ਗ੍ਰਿਸਤੀ ਬਾਪ ਆਪਣੇ ਬੱਚਿਆਂ ਬਾਰੇ ਗੱਲ ਸੁਣਨ ਨੂੰ ਤਿਆਰ ਨਹੀਂ, ਉਹ ਤਾਂ ਕਹਿੰਦਾ ਹੈ ਜੇ ਮੇਰੀ ਬੱਚਿਆਂ ਦੀ ਉਮਰ 25 ਸਾਲ ਹੈ ਅਤੇ 25 ਸਾਲਾਂ 'ਚੋਂ 25 ਸਾਲ ਹੀ ਮੇਰੇ ਬੱਚੇ ਮੇਰੇ ਹੁਕਮ ਅਨੁਸਾਰ ਜੀਵਨ ਜਿਊਣ, ਅਤੇ ਮੇਰੀ 25 ਸਾਲਾਂ ਦੇ ਵਿੱਚ ਇੱਕ ਵਾਰ ਵੀ ਦਿਨ ਐਸਾ ਨਾ ਆਵੇ ਜਿੱਦਣ ਮੇਰੇ ਬੱਚੇ ਮੇਰੀ ਗੱਲ ਨਾ ਮੰਨਣ। ਅਤੇ ਦੁਨੀਆਂ ਦੇ ਅੰਦਰ ਜਿੱਦਣ ਕਿਤੇ ਗ੍ਰਿਸਤੀ ਦੇ ਬੱਚੇ ਉਹਦੀ ਗੱਲ ਨਹੀਂ ਨਾ ਮੰਨਦੇ 24-25 ਸਾਲਾਂ 'ਚੋਂ ਇੱਕ ਦਿਨ, ਅਤੇ ਉਹ ਇੱਕ ਦਿਨ ਕਈ ਵਾਰੀ ਮਾਂ ਬਾਪ ਨੂੰ ਰੋਟੀ ਨਹੀਂ ਲੰਘਦੀ ਕਿ ਅੱਜ ਬੱਚੇ ਸਾਡੇ ਆਖੇ ਨਹੀਂ ਲੱਗੇ। ਅਤੇ ਰੱਬ ਬਾਰੇ ਇਹ ਪ੍ਰਚਾਰਿਆ ਜਾ ਰਿਹਾ ਜੀ 24 ਘੰਟਿਆਂ 'ਚੋਂ 2.5 ਘੰਟੇ ਬਹਿ ਕੇ, ਅਤੇ ਬਾਕੀ 21 ਘੰਟੇ ਕੀ ਕਰਨਾ ਹੈ? ਭੁੱਲ ਜਾਣਾ, ਉਸਨੂੰ ਭੁਲਾ ਦੇਣਾ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੋ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਮੋਤੀ ਨਗਰ ਦੀ ਸੰਗਤ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਹੈ। ਲੋਕ ਕਹਿੰਦੇ ਨੇ ਸਿੱਖਾਂ ਦਾ ਗੁਰੂ ਗੱਲ ਨਹੀਂ ਕਰਦਾ। ਗੁਰੂ ਤਾਂ ਗੱਲਾਂ ਕਰਦਾ ਹੈ, ਗੱਲਾਂ ਕਰਨੀਆਂ ਨਹੀਂ ਆਉਂਦੀਆਂ। ਲੱਕੜ ਦੀ ਬੰਸਰੀ ਹੁੰਦੀ ਹੈ ਨਾ, ਹੁੰਦਾ ਤਾਂ ਉਹ ਲੱਕੜ ਦਾ ਟੁਕੜਾ ਹੀ ਹੈ, ਉਹਦੇ ਵਿੱਚ ਛੇਕ ਕੀਤੇ ਜਾਂਦੇ ਨੇ। ਛੇਕ ਜਿਹਨੂੰ ਵਜਾਉਣੀ ਆਉਂਦੀ ਹੋਵੇ ਉਹਦੇ ਵਿੱਚੋਂ ਵੀ ਸੰਗੀਤ ਕੱਢਦਾ, ਜਿਹਨੂੰ ਨਾ ਵਜਾਉਣੀ ਆਉਂਦੀ ਹੋਵੇ ਉਹ ਫੂਕਾਂ ਹੀ ਮਾਰਦਾ, ਅਗਲੇ ਬੰਨੇ ਨਿਕਲਦੀਆਂ ਜਾਂਦੀਆਂ, ਉਹਨੂੰ ਪਤਾ ਨਹੀਂ ਲੱਗਦਾ ਕੀ ਹੈ। ਮੋਬਾਈਲ ਕਿਸੇ ਅਨਪੜ੍ਹ ਬੰਦੇ ਦੇ ਹੱਥ ਵਿੱਚ ਫੜਾ ਦਿਓ, ਉਹਨੂੰ ਕਹਿ ਗੱਲ ਹੁੰਦੀ ਹੈ ਇਹਦੇ ਨਾਲ, ਤੂੰ ਬਾਹਰਲੇ ਦੇਸ਼ 'ਚ ਗੱਲ ਕਰ ਸਕਦਾ। ਉਹਨੂੰ ਨੱਪਣਾ ਹੀ ਨਾ ਆਉਂਦਾ ਹੋਏਗਾ, ਉਹਨੂੰ ਨੰਬਰ ਹੀ ਨਾ ਲਾਉਣਾ ਆਉਂਦਾ ਹੋਏਗਾ, ਉਹਦੇ ਵਾਸਤੇ ਤਾਂ ਇੱਕ ਮਸ਼ੀਨ ਹੀ ਹੈ ਨਾ, ਪੁਰਜਾ ਹੀ ਹੈ, ਖਰਾਬ ਹੋ ਜਾਣਾ। ਭਾਗਾਂ ਵਾਲੇ ਗੁਰਸਿੱਖੋ, ਜਿਹੜੀ ਚੀਜ਼ ਜਿਸ ਨੂੰ ਆਉਂਦੀ ਨਹੀਂ ਨਾ, ਉਹਦੇ ਵਾਸਤੇ ਉਹ ਅਣਹੋਣੀ ਹੋਇਆ ਕਰਦੀ ਹੈ। ਹੁਣ ਗਲਤੀ ਆਪਣੀ ਨਹੀਂ ਮੰਨੀ ਵੀ ਮੈਨੂੰ ਮੋਬਾਈਲ ਤੋਂ ਨੰਬਰ ਡਾਇਲ ਕਰਨਾ ਨਹੀਂ ਆਉਂਦਾ,
ਕਹਿਣਾ ਜੀ ਮੋਬਾਈਲ ਖਰਾਬ ਹੈ, ਇਹ ਤਾਂ ਠੀਕ ਹੀ ਨਹੀਂ ਹੈ। ਹੁਣ ਲੱਕੜ ਦੀ ਬੰਸਰੀ ਉਹ 'ਚ ਛੇਕ ਕੀਤੇ ਹੋਏ ਨੇ, ਵਜਾਉਣੀ ਆਪ ਨੂੰ ਨਹੀਂ ਆਉਂਦੀ, ਇਹ ਤਾਂ ਲੱਕੜ ਦਾ ਟੁਕੜਾ ਜੀ। ਵਜਾਉਣ ਵਾਲਾ ਕਹਿੰਦਾ ਲੱਕੜ ਦਾ ਟੁਕੜਾ ਨਹੀਂ, ਇਹਦੇ ਵਿੱਚੋਂ ਸੰਗੀਤ ਨਿਕਲੇਗਾ ਹੁਣੇ ਹੀ, ਮੈਂ ਇਕੱਲੇ ਇਕੱਲੇ ਛੇਕ 'ਤੇ ਉਂਗਲ ਰੱਖ ਕੇ ਇਹਦੇ ਵਿੱਚੋਂ ਸਰਗਮਾਂ ਕੱਢਾਂਗਾ, ਆਵਾਜ਼ਾਂ ਆਉਣਗੀਆਂ। ਗਲਤੀ ਮੰਨ ਲਈਏ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਨਾਲ ਸਾਨੂੰ ਗੱਲਾਂ ਕਰਨ ਦੀ ਜਾਚ ਨਹੀਂ, ਤੁਸੀਂ ਤਾਂ ਗੱਲਾਂ ਕਰਦੇ ਹੋ, ਸਵੀਕਾਰ ਕਰ ਲਈਏ ਨਾ ਵੀ ਇਹ ਗੁਰੂ ਗੱਲਾਂ ਕਰਦਾ, ਹਰ ਵਕਤ ਸਾਡੀਆਂ ਗੱਲਾਂ ਦਾ ਜਵਾਬ ਦਿੰਦਾ, ਹਰ ਵਕਤ ਹਾਜ਼ਰ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਾਕ ਹੈ ਸ੍ਰੀ ਰਾਗ ਅੰਦਰ, ਮਹਾਰਾਜ ਕੀ ਕਹਿੰਦੇ ਨੇ, ਇੱਕ ਤੇਲ ਤੇਲ 'ਤੇ ਭਾਗਾਂ ਵਾਲੇ ਤੁਸੀਂ ਵੇਖਿਆ ਹੀ ਹੋਣਾ ਹੈ, ਤਿਲ ਬੜਾ ਬਰੀਕ ਸੂਖਮ, ਰਾਈ ਜੰਨਾ ਸਰੋਂ ਦੇ ਦਾਣੇ ਜੰਨਾ ਬਰੀਕ। ਇੱਕ ਤਿਲ ਪਿਆਰਾ ਵਿਸਰੈ, ਇੱਕ ਬੰਨੇ ਚੌਵੀਆਂ ਘੰਟਿਆਂ 'ਚੋਂ ਢਾਈ ਘੰਟਿਆਂ ਨੂੰ ਯਾਦ ਕਰਨਾ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਇੱਕ ਤਿਲ ਵੀ ਨਾ ਭੁੱਲੇ ਤੈਨੂੰ। ਕਣਕ ਦੇ ਦਾਣੇ ਜਿੰਨਾ ਵੀ ਨਹੀਂ ਕਿਹਾ, ਉਹ ਵੀ ਮੋਟਾ ਹੁੰਦਾ, ਤਿਲ ਬਰੀਕ ਹੁੰਦਾ। ਕਹਿੰਦੇ ਤੈਨੂੰ ਤਿਲ ਵੀ ਨਾ ਵਿਸਰੇ, ਪਰ ਪੁੱਛਿਆ ਕਿਸੇ ਨੇ ਸੰਗਤ ਵਿੱਚ ਪ੍ਰਚਾਰ ਕਰਨ ਵਾਲੇ 'ਤੇ ਕਿਸੇ ਨੇ ਸਵਾਲ ਕੀਤਾ ਵੀ ਇਹ ਕਿੱਥੋਂ ਪੜ੍ਹ ਕੇ ਕਹਿ ਰਹੇ ਹੈ ਚੌਵੀਆਂ ਘੰਟਿਆਂ 'ਚੋਂ ਢਾਈ ਘੰਟੇ ਰੱਬ ਨੂੰ ਯਾਦ ਕਰਨਾ ਹੈ। ਇੱਕ ਤਿਲ ਪਿਆਰਾ ਵਿਸਰੈ, ਇੱਕ ਤਿਲ ਜਿੰਨਾ ਰੱਬ ਭੁੱਲੇ, ਅਤੇ ਮਹਾਰਾਜ ਕੀ ਹੈ ਕਹਿਣ ਲੱਗੇ, ਰੋਗ ਵੱਡਾ ਮਨ ਮਾਹੇ, ਦੁਨੀਆਂ ਦਾ ਸਭ ਤੋਂ ਵੱਡਾ ਤੇਰੇ ਮਨ ਵਿੱਚ ਰੋਗ ਪੈਦਾ ਹੋ ਜਾਏਗਾ ਜੇ ਤੈਨੂੰ ਤਿਲ ਜਿੰਨਾ ਵੀ ਨਿਰੰਕਾਰ ਭੁੱਲ ਗਿਆ। ਫੈਸਲਾ ਕਰ ਲਓ ਆਪ ਹੀ ਹੁਣ। ਹੁਣ ਮਹਾਰਾਜ ਕੀ ਕਹਿੰਦੇ ਨੇ, ਕੋਈ ਐਸਾ ਸਮਾਂ ਤੇਰੇ ਕੋਲ ਹੋਣਾ ਹੀ ਨਹੀਂ ਚਾਹੀਦਾ ਜਦੋਂ ਤੈਨੂੰ ਮਾਲਕ ਭੁੱਲੇ। ਆਪਾਂ ਹੁਣੇ ਪੜ੍ਹਿਆ, ਹੁਣ ਤੁਸੀਂ ਗਿਣੀ ਜਾਣਾ, ਇਹਨਾਂ ਤੋਂ ਬਿਨਾਂ ਹੋਰ ਕੋਈ ਬੰਦਾ ਕੰਮ ਹੀ ਨਹੀਂ ਕਰਦਾ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ, ਜਾਂ ਬੰਦਾ ਤੁਰ ਰਿਹਾ ਹੁੰਦਾ, ਜਾਂ ਉੱਠਿਆ ਹੁੰਦਾ, ਜਾਂ ਬੈਠਿਆ ਹੁੰਦਾ, ਜਾਂ ਖਲੋਤਾ ਹੁੰਦਾ, ਇਹ ਤੋਂ ਬਿਨਾਂ ਤਾਂ ਹੋਰ ਕੋਈ ਕੰਮ ਹੀ ਨਹੀਂ ਕਰ ਰਿਹਾ ਹੁੰਦਾ, ਜਾਂ ਬੰਦਾ ਲੇਟਿਆ ਹੋਏਗਾ, ਜਾਂ ਬੰਦਾ ਤੁਰ ਰਿਹਾ ਹੋਏਗਾ, ਜਾਂ ਖਲੋਤਾ ਹੋਏਗਾ। ਸਤਿਗੁਰ ਨੇ ਕੋਈ ਜਗ੍ਹਾ ਰਹਿਣੀ ਨਹੀਂ ਦਿੱਤੀ, ਤਾਂ ਫਿਰ ਚੌਵੀਆਂ ਘੰਟਿਆਂ 'ਚ ਢਾਈ ਘੰਟੇ ਵਾਲੀ ਗੱਲ ਕਿੱਥੇ ਗਈ, ਪਰ ਪ੍ਰਚਾਰਿਆ ਜਾ ਰਿਹਾ। ਅਤੇ ਸੰਗਤ ਚੁੱਪ ਕਰਕੇ ਸੁਣ ਲੈਂਦੀ ਹੈ, ਹਿੰਮਤ ਹੀ ਨਹੀਂ ਕੀਤੀ ਪੁੱਛੀਏ ਤਾਂ ਸਹੀ ਲਿਖਿਆ ਕਿੱਥੇ ਹੈ। ਹਿੰਮਤ ਕਰੋ ਪੁੱਛਣ ਦੀ ਥੋੜ੍ਹੀ ਜਿਹੀ, ਤਾਂ ਕਿ ਜਾਗਰਤੀ ਆਵੇ ਕੌਮ ਵਿੱਚ। ਜਿਹੜਾ ਬੁਲਾਰਾ ਬੋਲੇ ਉਹ ਆਪਣੀ ਸਟੱਡੀ ਕਰਕੇ ਆਵੇ, ਤਿਆਰੀ ਕਰਕੇ ਆਵੇ ਕਿ ਮੇਰੇ 'ਤੇ ਸੰਗਤ ਸਵਾਲ ਕਰਦੀ ਹੈ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਸਰਵਣ ਸੁਣੀ ਜੈ ਅੰਮ੍ਰਿਤ ਕਥਾ, ਕੰਨਾਂ ਨਾਲ ਉਹਦੀ ਕਥਾ ਸੁਣ, ਉਹਦੀ ਗੱਲ ਸੁਣ। ਜਾਸ ਸੁਣੀ ਮਨ ਹੋਏ ਆਨੰਦਾ, ਜਿਹਦੇ ਨਾਲ ਤੇਰੇ ਮਨ ਵਿੱਚ ਆਨੰਦ ਪੈਦਾ ਹੋ ਸਕੇ, ਖੇੜਾ ਪੈਦਾ ਹੋ ਸਕੇ। ਹੁਣ ਇੱਥੇ ਗੱਲ ਕਲੀਅਰ ਹੋ ਗਈ ਨਾ ਕਿ ਚੌਵੀ ਘੰਟਿਆਂ 'ਚੋਂ ਢਾਈ ਘੰਟੇ ਨਹੀਂ, ਚੌਵੀ ਦੇ ਚੌਵੀ ਘੰਟੇ ਹੀ ਉਹਦੀ ਯਾਦ ਵਿੱਚ ਗੁਜ਼ਾਰਨੇ ਨੇ। ਆਖਾਂ ਜੀਵਾਂ ਰੋਜ਼ ਪੜ੍ਹਨ ਵਾਲਾ, ਹੁਣ ਇਹ ਤਾਂ ਕੋਈ ਔਖੀ ਤੁੱਕ ਨਹੀਂ ਨਾ ਹੈਗੀ, ਇਹ ਤਾਂ ਉਹ ਤੁੱਕ ਹੈ ਜਿਹੜੀ ਰੋਜ਼ ਪੜ੍ਹਦਾ ਸਿੱਖ, ਇਹ ਤਾਂ ਯਾਦ ਵੀ ਹੈ, ਇਹ ਤਾਂ ਰੋਜ਼ ਯਾਦ ਹੈ ਨਾ, ਸੋਦਰ 'ਚ ਰੋਜ਼ ਪੜ੍ਹਦਾ, ਰੋਜ਼ ਸੋਦਰ ਦਾ ਪਾਠ ਕਰਦਾ। ਅਤੇ ਜਦੋਂ ਕਿਉਂਕਿ ਅਸੀਂ ਇਕਾਗਰਤਾ ਦੇ ਨਾਲ ਸੁਣਦੇ ਨਹੀਂ, ਕੋਈ ਕਹਿ ਰਿਹਾ ਚੌਵੀਆਂ ਘੰਟੇ ਢਾਈ ਘੰਟੇ ਯਾਦ ਕਰਨਾ, ਅਤੇ ਜੇ ਉਸ ਵੇਲੇ ਦਿਮਾਗ 'ਚ ਆਏ ਤਾਂ ਸਤਿਗੁਰੂ ਜੀ ਕਹਿੰਦੇ ਜੇ ਮੈਂ ਆਹਨਾ ਅਤੇ ਜਿਉਣਾ, ਜੇ ਵਿਸਰਦਾ ਤਾਂ ਆਪਣੇ ਆਪ ਨੂੰ ਮਮੋਇਆ ਹੋਇਆ ਸਮਝਦਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਇਹਦਾ ਅਰਥ ਵੀ ਢਾਈ ਘੰਟੇ ਜੇ ਆਹਨਾ ਤਾਂ ਮੈਂ ਜਿਉਣਾ, ਬਾਕੀ ਸਾਢੇ ਇੱਕੀ ਘੰਟੇ। ਜ਼ਰੂਰ ਸਵਾਲ ਕਰਨਾ ਜੇ ਤੁਹਾਡੇ ਸਾਹਮਣੇ ਕੋਈ ਅੱਗੇ ਤੋਂ ਇਹ ਬੁਲਾਰਾ ਕੋਈ ਵੀ ਇਹ ਗੱਲ ਕਹੇ ਵੀ ਭਾਈ ਮੈਨੂੰ ਬਾਣੀ ਦੀ ਕੋਈ ਤੁੱਕ ਵਿਖਾ ਦੇ, ਅਤੇ ਸਾਡਾ ਵੀ ਗਿਆਨ 'ਚ ਵਾਧਾ ਕਰਨਾ, ਮੇਰਾ ਮੋਬਾਈਲ ਨੰਬਰ ਨੋਟ ਕਰ ਲੈਣਾ, ਮੈਨੂੰ ਫੋਨ 'ਤੇ ਦੱਸ ਦੇਣਾ, ਮੇਲ ਕਰ ਦੇਣਾ ਵੀ ਭਾਈ ਸਾਹਿਬ ਜੀ ਤੁਹਾਨੂੰ ਤਾਂ ਉਹ ਤੁੱਕ ਨਹੀਂ ਲੱਭੀ, ਸਾਨੂੰ ਫਲਾਣੇ ਨੇ ਆਹ ਤੁੱਕ ਲੱਭ ਦਿੱਤੀ ਜਿੱਥੇ ਚੌਵੀਆਂ ਘੰਟਿਆਂ 'ਚੋਂ ਢਾਈ ਘੰਟੇ ਰੱਬ ਨੂੰ ਯਾਦ ਕਰਨ ਦੀ ਗੱਲ ਕਹੀ ਹੈ, ਸਾਡਾ ਵੀ ਗਿਆਨ 'ਚ ਵਾਧਾ ਹੋ ਜਾਏਗਾ। ਹਾਂ, ਹਰ ਵਕਤ ਯਾਦ ਕਰਨ ਦੀਆਂ ਤਾਂ ਪਤਾ ਨਹੀਂ ਕਿੰਨੀਆਂ ਤੁੱਕਾਂ ਬਾਣੀ ਵਿੱਚ, ਹਰ ਵਕਤ ਹਰ ਸਮੇਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਖਾਂਦਿਆਂ ਪੀਂਦਿਆਂ ਹਰ ਵਕਤ, ਉਹਨੂੰ ਭੁੱਲਣਾ ਹੀ ਨਹੀਂ। ਬੱਚੇ ਭੁੱਲਦੇ ਨੇ, ਕੋਈ ਮਾਂ ਬਾਪ ਆਪਣੇ ਬੱਚਿਆਂ ਤੋਂ, ਖੈਰ
ਵਿਸ਼ੇ ਨੂੰ ਅੱਗੇ ਤੋਰੀਏ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾ ਕੋ ਬਿਖਮ ਨਾ ਜਾਈ ਲੈਣ। ਹੁਣ ਨਾਮ ਜਪਣ ਤੋਂ ਬਿਨਾਂ, ਗੁਣ ਗਾਉਣ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਤਰੀਕਿਆਂ ਨਾਲ ਰੱਬ ਨੂੰ ਪਾਉਣ ਦਾ ਯਤਨ ਕੀਤਾ ਜਾ ਰਿਹਾ, ਸ਼ਾਂਤੀ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ? ਉਹ ਧਿਆਨ ਦਿਓ, ਇਹ ਪੰਜ ਕਰਮ ਨੇ ਜਿਹੜੇ ਕੀਤੇ ਜਾ ਰਹੇ ਨੇ। ਲੜੀ ਵਾਰ ਇਹਨਾਂ ਕਰਮਾਂ 'ਤੇ ਵਿਚਾਰ ਕਰੀਏ। ਰਹਾਉ ਦਾ ਬੰਦ ਸੀ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ। ਉਹ ਕਿਹੜੇ ਪ੍ਰਕਾਰ ਨੇ, ਕਿਹੜੇ ਤਰੀਕੇ ਨੇ ਜਿਹਨਾਂ ਤਰੀਕਿਆਂ ਨਾਲ ਬੰਦਾ ਘਰ 'ਚ ਸ਼ਾਂਤੀ ਪੈਦਾ ਕਰਨਾ ਚਾਹੁੰਦਾ, ਘਰ 'ਚ ਟਿਕਾਅ ਪੈਦਾ ਕਰਨ ਜਿਹਦਾ? ਆਹ ਤਰੀਕੇ, ਪੂਜਾ, ਵਰਤ, ਤਿਲਕ, ਇਸ਼ਨਾਨਾ, ਪੁੰਨ ਦਾਨ, ਬਹੁ ਦੈਨ। ਲੜੀਵਾਰ ਵਿਚਾਰੀਏ, ਪਹਿਲਾਂ ਮਨੁੱਖ ਪੂਜਾ ਕਰਦਾ, ਕਿਸੇ ਵੀ ਮਤ ਨਾਲ ਸੰਬੰਧ ਰੱਖਦਾ, ਪੂਜਾ ਕਰਦਾ। ਪੂਜਾ ਦੇ ਬੜੇ ਬੜੇ ਵੱਖਰੇ ਵੱਖਰੇ ਤਰੀਕੇ ਨੇ। ਕੋਈ ਗੁਰਦੁਆਰੇ ਆਉਂਦਾ ਹੈ, ਦੁਕਾਨ 'ਤੇ ਜਾਂਦਾ, ਦੁਕਾਨ 'ਤੇ ਆਪਣੇ ਇਸ਼ਟ ਦੀ ਫੋਟੋ ਲਾਈ, ਅੱਗੇ ਅਗਰਬੱਤੀ ਦਿਖਾਉਂਦਾ, ਧੂਫ ਲਾਉਂਦਾ, ਫੋਟੋ ਅੱਗੇ ਮੱਥਾ ਟੇਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲੋਂ ਪੁੱਛੀਏ, ਮਹਾਰਾਜ ਤੁਹਾਡੇ ਮੁਤਾਬਕ ਪੂਜਾ ਹੈ ਕਿ? ਸਮਝਾਓ ਪੂਜਾ ਕਿਵੇਂ ਕਰਨੀ ਹੈ। ਥੋੜ੍ਹਾ ਜਿਹਾ ਸੁਰ 'ਤੇ ਜ਼ੋਰ ਦੇਣਾ। ਜਿਹੜੇ ਗੁਰੂ ਸਾਹਿਬ ਆਪਣੇ ਜ਼ਿੰਦਗੀ ਦੇ ਵਿੱਚ ਬੁੱਤਾਂ ਦੀ ਪੂਜਾ ਤੋਂ ਰੋਕਦੇ ਗਏ, ਉਹਨਾਂ ਭਗਤਾਂ ਦੀ ਬਾਣੀ ਇਕੱਠੀ ਕੀਤੀ ਜਿਹੜੇ ਬੁੱਤਾਂ ਦੀ ਪੂਜਾ ਦੇ ਵਿਰੁੱਧ ਆਪਣੀ ਰਸਨਾ ਤੋਂ ਬਚਨ ਉਚਾਰਦੇ ਨੇ। ਪਾਖਾਨ ਗੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸੱਚੀ ਹੈ ਤਾਂ ਗੜ ਨਾਰੇ ਖਾਓ। ਮੱਥਾ ਟੇਕਣ ਵਾਲੇ ਆ, ਤੈਨੂੰ ਇਹਦੇ 'ਚੋਂ ਕੁਝ ਨਹੀਂ ਮਿਲਣਾ। ਇਹਨੂੰ ਘੜਨ ਵਾਲੇ ਨੂੰ ਇਹਨੇ ਕੁਝ ਨਹੀਂ ਕਿਹਾ, ਇਹਨੂੰ ਘੜਨ ਵੇਲੇ ਉਹਨੇ ਇਹਦਾ ਨੱਕ ਵੀ ਛਿੱਲਿਆ, ਇਹਦੇ ਨੱਕ ਬੁੱਲ ਤਿਆਰ ਕੀਤੇ, ਇਹਨੂੰ ਪੇਂਟ ਕੀਤਾ, ਕੁਝ ਨਹੀਂ ਕਿਹਾ ਇਹਨੇ ਉਹਨੂੰ। ਇੱਕੇ ਪਾਥਰ ਕੀਜੇ ਭਾਓ, ਦੂਜੇ ਪਾਥਰ ਧਰੀਏ ਪਾਓ। ਫਰਕ ਇਹ, ਇੱਕ ਛੋਟਾ ਪੱਥਰ ਸੀ, ਇੱਕ ਵੱਡਾ ਪੱਥਰ ਸੀ। ਛੋਟੇ ਪੱਥਰ 'ਤੇ ਪੈਰ ਰੱਖ ਕੇ ਲੰਘਦਾ, ਮਾਰਬਲ 'ਤੇ ਪੱਥਰ ਹੀ ਹੈ ਨਾ, ਆ ਸੜਕਾਂ ਦੇ ਕੰਢਿਆਂ 'ਤੇ ਪਏ ਹੁੰਦੇ ਪੱਥਰ ਹੀ ਹੈ ਨਾ। ਗੱਡੀਆਂ 'ਤੇ ਜਾਂਦੇ ਹਾਂ, ਮੋਟਰਾਂ 'ਤੇ ਜਾਂਦੇ ਹਾਂ, ਪੈਦਲ ਜਾਂਦੇ ਹਾਂ, ਪੱਥਰ 'ਤੇ ਪੈਰ ਆਉਂਦਾ ਹੈ। ਇੱਕ ਪੱਥਰ ਸਜਾ ਕੇ ਰੱਖਿਆ ਹੋਇਆ, ਫਰਕ ਇਹ ਹੈ ਕਿ ਉਹਦਾ ਨੱਕ ਬੁੱਲ ਬਣਾਇਆ, ਉਹਦੇ ਅੱਗੇ ਤੇਰਾ ਸਿਰ ਝੁਕਦਾ, ਇਹਦੇ 'ਤੇ ਪੈਰ ਰੱਖ ਕੇ ਜਾਣਾ। ਮੈਨੂੰ ਦੱਸ ਭਲਾ, ਉਹ ਭਗਵਾਨ ਕਿਵੇਂ ਅਤੇ ਇਹ ਭਗਵਾਨ ਕਿਵੇਂ ਨਹੀਂ ਹੈ? ਦੋਵਾਂ ਦਾ ਮੈਨੂੰ ਫਰਕ ਤਾਂ ਦੱਸ ਦੇ, ਮੈਨੂੰ ਫਰਕ ਦੱਸ ਦੇ, ਅਤੇ ਮੈਂ ਵੀ ਸਿਰ ਝੁਕਾ ਦਿੰਦਾ। ਇੱਕੇ ਪਾਥਰ ਕੀਜੇ ਭਾਓ, ਪ੍ਰੇਮ, ਅਤੇ ਦੂਜੇ ਪਾਥਰ ਧਰੀਏ ਪਾਓ, ਪੈਰ। ਇੱਕ ਪੱਥਰ 'ਤੇ ਪੈਰ ਰੱਖ ਕੇ ਲੰਘਦਾ, ਇੱਕ ਪੱਥਰ ਅੱਗੇ ਸਿਰ ਝੁਕਾਉਂਦਾ, ਮੈਨੂੰ ਦੱਸ ਤਾਂ ਸਹੀ ਦੋਵਾਂ ਦੇ ਵਿੱਚੋਂ ਫਰਕ ਕੀ ਹੈ? ਬੁੱਤੋ, ਵਿਦਵਾਨ ਕਹਿੰਦਾ, ਬੁੱਤੋ ਕਿਆ ਖੂਬ ਤਰੱਕੀ ਕੀ, ਜਬ ਤਰਾਸ਼ੇ ਨਾ ਥੇ ਤੋ ਪੱਥਰ ਸੇ, ਤਰਾਸ਼ੇ ਗਏ ਤੋ ਖੁਦਾ ਬਣ ਗਏ। ਹੇ ਪੱਥਰ ਦੇ ਟੁਕੜੇ, ਉਹ ਬੜੀ ਤਰੱਕੀ ਕੀਤੀ, ਜੇ ਬੰਦੇ ਨਾਲੋਂ ਵੀ ਵੱਧ ਕਰ ਲਈ। ਤੁਹਾਨੂੰ ਕਿਸੇ ਦੀ ਛੈਣੀ 'ਤੇ ਹਥੌੜੀ ਨਹੀਂ ਸੀ ਲੱਗੀ ਅਤੇ ਪੱਥਰ ਸੀ, ਤੁਹਾਨੂੰ ਛੈਣੀ 'ਤੇ ਹਥੌੜੀ ਕੀ ਲੱਗ ਗਈ, ਖੁਦਾ ਹੀ ਬਣ ਕੇ ਬਹਿ ਗਏ ਜੇ। ਚੰਗੇ ਭਲੇ ਮਨੁੱਖ ਨੂੰ ਕਹਿੰਦੇ ਉਹ ਮੇਰੇ ਅੱਗੇ ਆਣ ਕੇ ਸਿਰ ਝੁਕਾ ਤੇ, ਲੋਕ ਤਾਂ ਚੁਕਾਉਣ ਚੁਕਾਉਣ, ਗੁਰੂ ਨਾਨਕ ਦੀ ਧੀ ਵੀ ਚੁਕਾ ਰਹੀ ਹੈ, ਗੁਰੂ ਨਾਨਕ ਦਾ ਪੁੱਤਰ ਵੀ ਚੁਕਾ ਰਿਹਾ, ਜਿਹਦੇ ਨਾਂ ਨਾਲ ਸਿੰਘ ਅਤੇ ਕੌਰ ਲੱਗਦਾ ਹੈ। ਦੁਨੀਆਂ ਦੇ ਲੋਕ ਚੁਕਾਉਣ, ਜਿਨ੍ਹਾਂ ਦੇ ਕੋਲ ਗਿਆਨ ਨਹੀਂ, ਜਿਨ੍ਹਾਂ ਦੇ ਕੋਲ ਸਮਝ ਨਹੀਂ, ਜਿਨ੍ਹਾਂ ਕੋਲ ਤੱਤ ਗੁਰਮਤ ਦੀ ਵਿਚਾਰ ਨਹੀਂ, ਗੁਰੂ ਨਾਨਕ ਦਾ ਬੱਚਾ ਸਿਰ ਝੁਕਾਏ, ਇਹਦਾ ਅਰਥ ਸਮਝ ਹੀ ਨਹੀਂ ਆਈ ਅਜੇ ਤੱਕ। ਪੂਜਾ, ਦੁਨੀਆਂ ਦੇ ਲੋਕ ਪੂਜਾ ਕਰਦੇ ਨੇ, ਬਾਹਰੋਂ ਕੋਈ ਟਿੱਕੇ ਲਾਉਂਦਾ ਹੈ ਚੰਦਨ ਦੇ, ਬੜੇ ਬੜੇ ਵੱਖਰੇ ਵੱਖਰੇ ਤਰੀਕੇ ਨੇ। ਮਰਦਾਨੇ ਨੇ ਪੁੱਛਿਆ ਸੀ ਸ਼ੌਂਕ ਵਿੱਚ ਆਣ ਕੇ, ਗੁਰੂ ਨਾਨਕ ਸਾਹਿਬ ਆਪਾਂ ਸਾਰਿਆਂ ਨੂੰ ਫੋਟੋਆਂ ਤੋਂ, ਬੁੱਤਾਂ ਦੀ ਪੂਜਾ ਤੋਂ ਰੋਕਦੇ ਆ ਰਹੇ, ਫਿਰ ਪੂਜਾ ਦਾ ਤਰੀਕਾ ਕੀ ਹੈ? ਕਹਿੰਦੇ ਆਸ ਖਾਵਾਂ। ਹੁਣ ਧਿਆਨ ਦੇਣਾ, ਕਿੱਡਾ ਪਿਆਰਾ ਤਰੀਕਾ ਹੈ ਪੂਜਾ ਦਾ। ਆਓ ਭਾਗਾਂ ਵਾਲਿਓ, ਸਿੱਖ ਲਓ ਗੁਰੂ ਨਾਨਕ ਸਾਹਿਬ ਦੇ ਕੋਲੋਂ ਪੂਜਾ ਕਿਵੇਂ ਕਰਨੀ ਹੈ। ਮਹਾਰਾਜ ਕਹਿੰਦੇ ਆਹ ਤਰੀਕਾ ਹੈ ਪੂਜਾ ਦਾ। ਤੇਰਾ ਨਾਮ ਕਰੀ ਚਨਨਾਠੀਆ, ਚੰਦਨ, ਚੰਦਨ ਘਸਾਇਆ ਜਾਂਦਾ, ਉਹਦੇ ਟਿੱਕੇ ਲਾਏ ਜਾਂਦੇ ਨੇ ਪੂਜਾ ਕਰਨ ਵਾਸਤੇ, ਚੰਦਨ ਦੇ ਟਿੱਕੇ ਲੱਗਦੇ ਨੇ। ਅਤੇ ਚੰਦਨ ਹਰ ਮਨੁੱਖ ਦੀ ਹੈਸੀਅਤ ਨਹੀਂ ਕਿ ਚੰਦਨ ਰੋਜ਼ ਖਰੀਦ ਕੇ ਕਿ ਟਿੱਕੇ ਲਾ ਕੇ ਉਹਦੀ ਪੂਜਾ ਕਰ ਸਕੇ, ਕਿਉਂਕਿ ਜਿਹਨੇ ਵਿਚਾਰਿਆਂ ਨੇ ਆਟਾ ਵੀ ਮੁੱਲ ਲਿਆਉਣਾ, ਦਾਲ ਵੀ ਮੁੱਲ ਲਿਆਉਣੀ, ਦੁੱਧ ਵੀ ਮੁੱਲ ਲਿਆਉਣਾ, ਹਰ ਚੀਜ਼, ਅਤੇ ਉਹ ਰੱਬ ਨੂੰ ਪਾਉਣ ਲਈ ਚੰਦਨ ਵੀ ਮੁੱਲ ਲਿਆਵੇ, ਉਹ ਕਹੇਗਾ ਇਹੋ ਜਿਹਾ ਰੱਬ ਤੁਹਾਨੂੰ ਮੁਬਾਰਕ।
ਵੀ ਮੇਰੇ ਕੋਲ ਤਾਂ ਆਟਾ ਦਾਲ ਨਹੀਂ ਮਹਾਂ ਪੁੱਗਦਾ, ਮੈਂ ਚੰਦਨ ਕਿੱਥੋਂ ਇੰਨਾ ਮਹਿੰਗਾ ਲਿਆਵਾਂ, ਸੋਨੇ ਵਾਂਗੂ ਤਾਂ ਮਹਿੰਗਾ ਹੈ। ਇਹ ਪੂਜਾ ਤੁਹਾਨੂੰ ਮੁਬਾਰਕ। ਮਹਾਰਾਜ ਕਿਹੜੀ ਪੂਜਾ? ਕਹਿਣਗੇ ਤੇਰਾ ਨਾਮ ਕਰੀ ਚਣਨਾਠੀਆ। ਰੱਬ ਜੀ ਮੈਂ ਤੇਰੇ ਨਾਮ ਨੂੰ ਹੀ ਚੰਦਨ ਦੀ ਲੱਕੜ ਬਣਾ ਲਿਆ, ਤੇਰਾ ਨਾਮ ਮੇਰੇ ਵਾਸਤੇ ਚੰਦਨ ਦੀ ਲੱਕੜ ਹੈ। ਤੇਰਾ ਨਾਮ ਕਰੀ ਚਣਨਾਠੀਆ ਜੇ ਮਨ ਉਰਸਾ ਹੋਏ। ਆਪਣੇ ਮਨ ਨੂੰ ਮੈਂ ਉਹ ਪੱਥਰ ਬਣਾ ਲਿਆ ਜਿਹਦੇ 'ਤੇ ਚੰਦਨ ਕਸਾਇਆ ਜਾਂਦਾ। ਮਨ ਪੱਥਰ ਹੈ, ਤੇਰਾ ਨਾਮ ਤੇਰੇ ਦੈਵੀ ਗੁਣ ਮੇਰੇ ਵਾਸਤੇ ਚੰਦਨ ਹੈ। ਤੇਰਾ ਨਾਮ ਕਰੀ ਚਣਨਾਠੀਆ ਜੇ ਮਨ ਉਰਸਾ ਹੋਏ। ਜੇ ਮਨ ਉਰਸਾ ਬਣ ਜਾਏ, ਤੇਰਾ ਨਾਮ ਚੰਦਨ ਦੀ ਲੱਕੜ ਬਣ ਜਾਏ। ਕਰਨੀ ਕੁੰਗੂ ਜੇ ਰਲੈ, ਉੱਚਾ ਆਚਰਣ ਉੱਚਾ ਕਿਰਦਾਰ ਜੇ ਕੇਸਰ ਰਲ ਜਾਏ, ਵਿੱਚ ਕੇਸਰ ਰਲ ਜਾਏ। ਕੁੰਗੂ ਕਰਨੀ ਕੁੰਗੂ ਜੇ ਰਲੈ, ਇਹ ਮੁੱਲ ਲਿਆਉਣ ਦੀ ਲੋੜ ਨਹੀਂ। ਉੱਚਾ ਆਚਰਣ ਵੀ ਕੀਮਤ ਬਾਜ਼ਾਰੋਂ ਮਿਲਦਾ ਨਹੀਂ, ਪਰਮਾਤਮਾ ਦਾ ਨਾਮ ਵੀ ਬਾਜ਼ਾਰੋਂ ਮਿਲਦਾ ਨਹੀਂ। ਮਨ ਵੀ ਤੇਰੇ ਕੋਲ ਹੈ, ਸਾਰਾ ਸਮਾਨ ਕੋਲ ਹੀ ਹੈ ਨਾ। ਗਰੀਬ ਦੇ ਕੋਲ ਵੀ ਹੈ, ਅਮੀਰ ਦੇ ਕੋਲ ਵੀ ਹੈ, ਰਿਕਸ਼ੇ ਚਲਾਉਣ ਵਾਲੇ ਕੋਲ ਵੀ ਹੈ, ਅਤੇ ਮਹੱਲਾਂ ਵਿੱਚ ਸੌਣ ਵਾਲੇ ਕੋਲ ਵੀ ਹੈ, ਹੱਥ ਨਾਲ ਪੱਖੀ ਝੱਲਣ ਵਾਲੇ ਕੋਲ ਵੀ ਹੈ, ਅਤੇ ਏਸੀ 'ਚ ਸੌਣ ਵਾਲੇ ਕੋਲ ਵੀ ਹੈ। ਤੇਰਾ ਨਾਮ ਕਰੀ ਚਣਨਾਠੀਆ ਜੇ ਮਨ ਉਰਸਾ ਹੋਏ। ਕਰਨੀ ਕੁੰਗੂ ਜੇ ਰਲੈ, ਅਤੇ ਮਹਾਰਾਜ ਫਿਰ ਕਿੱਥੇ ਪੂਜਾ ਹੋਏਗੀ? ਘੱਟ ਅੰਤਰ ਪੂਜਾ ਹੋਏ। ਬਾਹਰੋਂ ਟੱਲੀਆਂ ਖੜਕਾਉਣ ਦੀ ਲੋੜ ਨਹੀਂ, ਫਿਰ ਬਾਹਰੋਂ ਚੰਦਨ ਦੇ ਟਿੱਕੇ ਲਾਉਣ ਦੀ ਲੋੜ ਨਹੀਂ, ਅੰਦਰ ਹੀ ਪੂਜਾ ਹੋਏਗੀ। ਘੱਟ ਅੰਤਰ ਪੂਜਾ ਹੋਏ, ਪੂਜਾ ਕੀ ਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਬਿਨਾਂ ਨਾਮ ਤੋਂ ਪੂਜਾ ਹੀ ਨਹੀਂ ਹੋ ਸਕਦੀ, ਇੱਥੇ ਮਹਾਰਾਜ ਤੇਰੇ ਨਾਮ ਤੋਂ ਬਿਨਾਂ ਵੀ ਹੋ ਰਹੀ ਹੈ। ਤੁਹਾਡੀ ਫੋਟੋ ਅੱਗੇ ਅਗਰਬੱਤੀ ਧੁੱਖ ਰਹੀ ਹੈ। ਗੁਰੂ ਨੇ ਦੂਜਿਆਂ ਦੇ ਬੁੱਤ ਪੂਜਣ ਤੋਂ ਮਨਾ ਕੀਤਾ। ਗੁਰੂ ਨਾਨਕ ਸਾਹਿਬ ਦੀ ਤਸਵੀਰ ਦੁਕਾਨਦਾਰ ਨੇ ਦੁਕਾਨ 'ਚ ਲਾਈ ਅਤੇ ਸਵੇਰੇ ਧੂਫ ਲਾਉਂਦਾ ਉਹਦੇ ਅੱਗੇ ਸਵੇਰੇ। ਅਤੇ ਜੇ ਗੁਰੂ ਨਾਨਕ ਸਾਹਿਬ ਆ ਜਾਣ ਸੱਚੀ, ਉਹ ਕਹਿਣਗੇ ਭਲਿਆ ਵੇਖ, ਮੈਂ ਐਡੀ ਵੱਡੀ ਬਾਣੀ ਦਾ ਖਜ਼ਾਨਾ ਦੇ ਕੇ ਗਿਆ, ਪੜ੍ਹਿਆ ਹੀ ਕਦੀ? ਤੂੰ ਮੇਰੀਆਂ ਮਨੋਕਲਪਤ ਤਸਵੀਰਾਂ ਖਰੀਦ ਕੇ ਲੈ ਆਇਆ, ਮੇਰੀਆਂ ਮਨੋਕਲਪਤ ਤਸਵੀਰਾਂ ਅੱਗੇ ਮੱਥੇ ਟੇਕਦਾ ਗਿਆ? ਮੈਂ ਤਾਂ ਤੈਨੂੰ ਸ਼ਬਦ ਨਾਲ ਜੋੜਨ ਆਇਆ ਸੀ। ਇਹ ਮਨੋਕਲਪਤ ਤਸਵੀਰਾਂ ਘਰਾਂ 'ਚ ਆ ਗਈਆਂ, ਬਾਣੀ ਦੀ ਵਿਚਾਰ ਘਰਾਂ 'ਚੋਂ ਨਿਕਲ ਗਈ। ਫਿਰ ਕਈ ਫੁੱਲ ਤੋੜਦੇ ਨੇ ਪੂਜਾ ਵਾਸਤੇ, ਫੁੱਲ ਤੋੜ ਕੇ ਲੈ ਕੇ ਜਾਂਦੇ ਨੇ ਫੁੱਲ, ਵੀ ਸ਼ਾਇਦ ਫੁੱਲ ਭੇਟ ਕਰਾਂਗੇ। ਜਿਵੇਂ ਮੰਦਰਾਂ 'ਚ ਫੁੱਲ ਚੜ੍ਹਦੇ ਨੇ, ਗੁਰਦੁਆਰਿਆਂ 'ਚ ਵੀ ਫੁੱਲ ਚੜ੍ਹਨ ਲੱਗ ਪਏ, ਫੁੱਲ ਭੇਟ ਕੀਤੇ ਜਾਂਦੇ ਨੇ। ਭਾਈ ਵੀਰ ਸਿੰਘ ਨੇ ਬੜਾ ਪਿਆਰਾ ਖਿਆਲ ਦਿੱਤਾ, ਕਹਿੰਦੇ ਇੱਕ ਬੰਦਾ ਗਿਆ ਬਗੀਚੇ 'ਚ, ਕਹਿੰਦਾ ਮੈਂ ਫੁੱਲ ਤੋੜਾਂ, ਇਹਦੇ ਵਿੱਚੋਂ ਸੁਗੰਧੀ ਬੜੀ ਕਮਾਲ ਦੀ ਆਉਂਦੀ ਹੈ। ਫੁੱਲ ਨੂੰ ਤੋੜਨ ਲੱਗਾ ਅਤੇ ਉਹਨੇ ਵਾਰਤਾਲਾਪ ਬੜੀ ਕਮਾਲ ਦੀ ਕੀਤੀ ਹੈ। ਕਹਿੰਦੇ ਫੁੱਲ ਅੱਗੇ ਉਹ ਬੋਲ ਪਿਆ, ਕਹਿੰਦਾ ਮੈਨੂੰ ਤੋੜ ਕੇ ਕਿਉਂ ਖਾਣ ਲੱਗਾ? ਕਹਿੰਦਾ ਮੈਨੂੰ ਤੂੰ ਸੋਹਣਾ ਬੜਾ ਲੱਗਦਾ, ਤੇਰੇ ਵਿੱਚੋਂ ਸੁਗੰਧੀ ਬੜੀ ਕਮਾਲ ਦੀ ਆਉਂਦੀ ਹੈ। ਜਦੋਂ ਹੱਥ ਗਾਂਹ ਕਰਨ ਲੱਗਾ ਫੁੱਲ, ਕਹਿੰਦਾ ਮੇਰੇ ਵਿੱਚੋਂ ਸੁਗੰਧੀ ਭਾਵੇਂ ਕਮਾਲ ਦੀ ਆਉਂਦੀ ਹੈ, ਪਰ ਇਹ ਸੁਗੰਧੀ ਮੇਰੀ ਨਹੀਂ, ਮੈਂ ਟਾਹਣੀ ਕੋਲੋਂ ਉਧਾਰੀ ਲੈ ਕੇ ਦੇ ਰਿਹਾ। ਬੰਦਾ ਜਿਹਦੇ ਪੈ ਗਿਆ, ਕਹਿੰਦਾ ਮੈਂ ਟਾਹਣੀ ਤੋੜ ਲੈਂਦਾ। ਟਾਹਣੀ ਕਹਿੰਦੀ ਮੇਰਾ ਵੀਰ ਝੱਲਾ ਹੈ ਕਮਲਾ, ਇਹਨੂੰ ਇਹ ਨਹੀਂ ਪਤਾ ਸੁਗੰਧੀ ਮੇਰੇ ਵਿੱਚੋਂ ਵੀ ਨਹੀਂ ਆ ਰਹੀ, ਮੈਂ ਜੜ੍ਹਾਂ ਵਿੱਚੋਂ ਲੈ ਕੇ ਦਿੰਦੀ ਹਾਂ। ਕਹਿੰਦਾ ਮੈਂ ਜੜ੍ਹਾਂ ਹੀ ਖੱਗ ਲੈਂਦਾ। ਉਹ ਜੜ੍ਹਾਂ ਖੱਗਣ ਲੱਗਾ ਜਿਹਦੇ ਪੈ ਗਿਆ, ਉਹਦਾ ਜੜ੍ਹਾਂ 'ਚੋਂ ਆਵਾਜ਼ ਆਉਂਦੀ ਹੈ, ਦੋਵੇਂ ਭੈਣ ਭਰਾ ਚੱਲੇ ਨੇ, ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਸੁਗੰਧੀ ਮੇਰੇ 'ਚੋਂ ਨਹੀਂ ਆ ਰਹੀ, ਮੈਂ ਮਿੱਟੀ 'ਚੋਂ ਲੈ ਕੇ ਦਿੰਦੀ ਹਾਂ, ਜੜ੍ਹਾਂ ਕਹਿੰਦੀਆਂ ਨੇ। ਕਹਿੰਦਾ ਮਿੱਟੀ ਵੀ ਨਾਲ ਖੱਗ ਲੈਂਦਾ ਮੈਂ। ਜਦੋਂ ਮਿੱਟੀ ਨੂੰ ਖੱਗਣ ਲੱਗਾ ਤਾਂ ਮਿੱਟੀ ਕਹਿੰਦੀ ਹੈ ਸਾਰਾ ਪਰਿਵਾਰ ਹੀ ਕਮਲ ਆਉਂਦਾ, ਇਹਨਾਂ ਨੂੰ ਇਹ ਨਹੀਂ ਪਤਾ ਵੀ ਸੁਗੰਧੀ ਮੇਰੇ 'ਚੋਂ ਨਹੀਂ ਆਉਂਦੀ, ਮੇਰੇ ਵਿੱਚ ਸੁਗੰਧੀ ਪੈਦਾ ਹੋਰ ਕੋਈ ਕਰਦਾ ਹੈ, ਕੌਣ ਕਰਦਾ ਹੈ? ਵਰਖਾ ਹੁੰਦੀ ਹੈ, ਵਰਖਾ ਦੇ ਕਾਰਨ ਮੇਰੇ 'ਚ ਸੁਗੰਧੀ ਪੈਦਾ ਹੁੰਦੀ ਹੈ। ਉਹ ਸੁਗੰਧੀ ਮੈਂ ਆਪ ਤਾਂ ਆਪਣੇ ਵਿੱਚੋਂ ਪ੍ਰਗਟ ਨਹੀਂ ਕਰ ਸਕਦੀ, ਮੈਂ ਇਸ ਬੂਟੇ ਦੇ ਰਾਹੀਂ ਇਸ ਪੌਦੇ ਦੀ ਜ਼ਰੀਏ ਸੁਗੰਧੀ ਬਾਹਰ ਕੱਢਦੀ ਹਾਂ ਅਤੇ ਫੁੱਲ ਸੁਗੰਧੀ ਗਾਂ ਦਿੰਦਾ ਹੈ, ਮੇਰੇ ਵਿੱਚ ਨਹੀਂ, ਇਹ ਪਾਣੀ ਮੇਰੇ ਵਿੱਚ ਸੁਗੰਧੀ ਪੈਦਾ ਕਰਦਾ ਹੈ। ਤੋੜਨ ਵਾਲੇ ਨੂੰ ਸਮਝ ਲੱਗ ਗਈ, ਜੇ ਮੈਂ ਫੁੱਲ ਤੋੜ ਕੇ ਲੈ ਵੀ ਜਾਂਦਾ, ਮੈਨੂੰ ਹੁਣ ਸਮਝ ਲੱਗੀ ਹੈ
ਇਹ ਫੁੱਲ ਦੀ ਸੁਗੰਧੀ ਦਾ ਸੰਬੰਧ ਤਾਂ ਪਾਣੀ ਨਾਲ ਹੈ, ਵਰਖਾ ਨਾਲ ਹੈ। ਅਤੇ ਜੇ ਮੈਂ ਇਹਨੂੰ ਤੋੜ ਕੇ ਲੈ ਵੀ ਜਾਵਾਂ ਤਾਂ ਕਿੰਨੀ ਕੁ ਦੇਰ ਇਹ ਹਰਿਆ ਅਤੇ ਭਰਿਆ ਰਹਿ ਸਕਦਾ ਹੈ। ਬੜੀ ਪਿਆਰੀ ਵਾਰਤਾਲਾਪ ਕਰਾਈ ਹੈ। ਉਹ ਕਹਿੰਦੇ ਡਾਲੀ ਨਾਲੋਂ ਤੋੜ ਨਾ ਸਾਨੂੰ, ਫੁੱਲ ਕਹਿੰਦਾ ਸਾਨੂੰ ਟਾਹਣੀ ਨਾਲੋਂ ਨਾ ਤੋੜ, ਅਸਾਂ ਹੱਟ ਮਹਿਕ ਦੀ ਲਾਈ। ਅਸੀਂ ਦੁਕਾਨ ਪਾ ਕੇ ਬੈਠੇ ਹਾਂ ਬਗੀਚੇ 'ਚ, ਗਾਰਡਨ ਦੇ ਵਿੱਚ। ਫੁੱਲ ਕਹਿੰਦਾ ਅਸੀਂ ਦੁਕਾਨ ਪਾ ਕੇ ਬੈਠੇ ਹਾਂ, ਸਵੇਰ ਦੇ ਲੱਖਾਂ ਬੰਦੇ ਸਾਡੇ ਲਾਗੋਂ ਦੀ ਲੰਘੇ, ਸਾਰਿਆਂ ਨੂੰ ਸੁਗੰਧੀ ਦਿੱਤੀ ਹੈ। ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਲੱਖ ਗਾਹਕ ਜੇ ਸੁੰਘੇ ਆ ਕੇ, ਖਾਲੀ ਇੱਕ ਨਾ ਜਾਈ। ਲੱਖਾਂ ਗਾਹਕ ਆਉਂਦੇ ਨੇ, ਅਸੀਂ ਇੱਕ ਨੂੰ ਵੀ ਖਾਲੀ ਨਹੀਂ ਮੋੜਦੇ, ਸਾਰਿਆਂ ਨੂੰ ਸੁਗੰਧੀ ਦੇ ਕੇ ਤੋੜਦੇ ਹਾਂ। ਪਰ ਜੇ ਤੂੰ ਇੱਕ ਤੋੜ ਕੇ ਲੈ ਗਏ ਹੋ, ਜੇ ਤੂੰ ਇਕੱਲਾ ਹੀ ਤੋੜ ਕੇ ਲੈ ਗਏ ਹੋ, ਇੱਕ ਜੋਗਾ ਰਹਿ ਜਾਸਾਂ, ਤੇਰੇ ਜੋਗਾ ਹੀ ਰਵਾਂਗਾ, ਫਿਰ ਲੱਖਾਂ ਗਾਹਕ ਥੋੜ੍ਹਾ ਸੁਗੰਧੀ ਲੈ ਸਕਦੇ ਨੇ। ਜੇ ਤੂੰ ਇੱਕ ਤੋੜ ਕੇ ਲੈ ਗਏ ਹੋ, ਇੱਕ ਜੋਗਾ ਰਹਿ ਜਾਸਾਂ, ਉਹ ਵੀ ਕਿੰਨੀ ਕੁ ਦੇਰ ਹੁਣ ਤੋੜ ਕੇ ਖੜੇਗਾ। ਤੇਰੇ ਘਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸੁਗੰਧੀ ਅਸੀਂ ਦੇਵਾਂਗੇ, ਕੱਲ੍ਹ ਨੂੰ ਅਸੀਂ ਮੁਰਝਾ ਜਾਣਾ, ਤੂੰ ਸਾਨੂੰ ਬਾਹਰ ਬਿਨ ਵਿੱਚ ਸੁੱਟ ਆਉਣਾ ਹੈ, ਇੱਥੇ ਰਹਿਣ ਦੇ। ਜੇ ਤੂੰ ਇੱਕ ਤੋੜ ਕੇ ਲੈ ਗਏ ਹੋ, ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਨਸ ਜਾਈ। ਬਾਬੇ ਕਬੀਰ ਨੇ ਤਾਂ ਗੱਲ ਹੀ ਮੁਕਾ ਦਿੱਤੀ। ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਭੂਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ। ਮਾਲਣ ਭੁੱਲੀ ਹੈ, ਮਾਲਣ ਇਸ ਗੱਲ ਦਾ ਪਤਾ ਹੀ ਨਹੀਂ ਹੈ, ਮਾਲਣ ਕੁਰਾਹੀ ਪਈ ਹੋਈ ਹੈ, ਸਮਝ ਨਹੀਂ ਇਸ ਗੱਲ ਦੇ ਵੀ ਉਹ ਫੁੱਲ ਤੋੜਦੀ ਹੈ, ਪੱਤੇ ਤੋੜਦੀ ਹੈ ਪੂਜਾ ਕਰਨ ਵਾਸਤੇ। ਅਤੇ ਸਿੱਖ ਵੀ ਜਾਂਦਾ ਗੁਰਦੁਆਰੇ, ਜਾਂਦਾ ਦਸਾਂ ਦਾ ਹਾਰ ਲੈ ਕੇ ਜਾਂਦਾ, ਕੋਈ ਵੀਹਾਂ ਦਾ ਹਾਰ ਲੈ ਕੇ ਜਾਂਦਾ, ਬਿਜ਼ਨਸ ਹੈ ਨਾ, ਹਰ ਥਾਂ 'ਤੇ ਹੈ। ਕਿਹੜੇ ਕਿਹੜੇ ਸਿੱਖ ਨੂੰ ਹੁਣ ਤਾਂ ਸਿੱਧਾ ਹਿਸਾਬ ਹੈ। ਸਿੱਖ ਇਹ ਸਮਝੇ ਕਿ ਜੇ ਗੁਰੂ ਨਾਨਕ ਸਾਹਿਬ, ਮੈਂ ਤਾਂ ਕਈ ਵਾਰ ਬੇਨਤੀ ਕਰਦਾ ਹੁੰਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਕਬੀਰ ਜੀ ਦੀ ਬਾਣੀ ਇਕੱਠੀ ਕਰਕੇ ਲਿਆਏ, ਅਤੇ ਬਾਬਾ ਕਬੀਰ ਜੀ ਤਾਂ ਮੱਲ ਨੂੰ ਤਾਂ ਸਮਝਾ ਲਿਆ, ਮੰਦਰ ਦੇ ਪੁਜਾਰੀ ਨੂੰ ਤਾਂ ਸਮਝਾ ਲਿਆ, ਸਿੱਖਾਂ ਨੂੰ ਸਮਝਾ ਕੇ ਵੇਖੇ ਹਾਂ ਭਲਾ। ਸਿੱਖ ਕਹਿੰਦੇ ਮਹਾਰਾਜ ਪੜ੍ਹਾਂਗੇ ਜ਼ਰੂਰ ਅਸੀਂ, ਪਾਤੀ ਤੋਰੇ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਣ ਕੋ ਪਾਤੀ ਤੋਰੇ, ਸੋ ਪਾਨਰ ਜੀਓ, ਭੂਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ। ਮਾਲਣ ਭੁੱਲੀ ਆਪ ਨਹੀਂ ਭੁੱਲੇ, ਮਗਰ ਜਿਹੜਾ ਫੁੱਲਾਂ ਦਾ ਹਾਰ ਲੈ ਕੇ ਆਣ ਕੇ ਬੈਠਾ ਹੁੰਦਾ ਨਾ ਰਾਗੀ ਸਿੰਘ ਦੇ ਮਗਰ, ਉਹ ਵੀ ਪੜ੍ਹੀ ਜਾ ਰਿਹਾ ਹੁੰਦਾ, ਭੂਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ। ਤੂੰ ਵੀ ਤਾਂ 20 ਦਾ ਹਾਰ ਦੇ ਕੇ ਆ ਰਿਹਾ, ਤੂੰ ਤੂੰ ਕਿਹੜਾ ਭੁੱਲਾ ਨਹੀਂ ਹੈ ਭੁੱਲਿਆ, ਭੁੱਲ ਤਾਂ ਤੂੰ ਵੀ ਗਿਆ। ਪਰ ਆਨੰਦ ਬੜਾ ਹੁੰਦਾ ਨਾ, ਕਹਿੰਦਾ ਭਾਈ ਸਾਹਿਬ ਜੀ ਤੁਸੀਂ ਕੀਰਤਨ ਬੜਾ ਕਮਾਲ ਦਾ ਕਰਦੇ ਹੋ, ਤੁਹਾਨੂੰ ਬੁੱਕ ਕਰਨਾ, ਬੁੱਕ ਕਰ ਲੇਗਾ, ਕੀਰਤਨ ਕਰਾ ਲੇਗਾ, ਇਹਦੇ ਕੋਲੋਂ ਕਥਾ ਕਰਾ ਲੇਗਾ, ਅਸਰ ਤਾਂ ਕਰਨਾ ਕੋਈ ਨਹੀਂ, 20 ਦਾ ਹਾਰ ਤਾਂ ਫਿਰ ਚੜ੍ਹਾ ਕੇ ਆਉਣਾ, ਇਹ ਫੁੱਲ ਨੂੰ ਸੁਗੰਧੀ ਤਾਂ ਕਿਸੇ ਨੂੰ ਲੈਣ ਨਹੀਂ ਦੇਣੀ। ਭਾਵਨਾ ਇਹ ਕਿ ਫੁੱਲ ਚੜ੍ਹੇਗਾ ਸ਼ਾਇਦ ਗੁਰੂ ਸਾਹਿਬ ਖੁਸ਼ ਹੋਣਗੇ, ਭਲਿਆ ਇਹ ਫੁੱਲ ਦੇ ਵਿੱਚੋਂ ਸੁਗੰਧੀ ਤਾਂ ਮਨੁੱਖਤਾ ਲੈ ਰਹੀ ਹੈ, ਗੁਰੂ ਨੂੰ ਇਹਨਾਂ ਫੁੱਲਾਂ ਦੀ ਲੋੜ ਨਹੀਂ, ਪਰ ਨਹੀਂ ਨਾ ਇਹਨਾਂ ਸ਼ਬਦਾਂ ਨੂੰ ਕੁਝ ਸਮਝਣ ਨੂੰ ਤਿਆਰ ਹੈ। ਪੂਜਾ ਦਾ ਅਰਥ ਸਮਝ ਲੈਣਾ, ਸੱਚੇ ਸੁੱਚੇ ਕੰਮ ਕਰਨੇ, ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਨਾ ਕੰਮ ਹੀ ਪੂਜਾ ਹੈ, ਇਮਾਨਦਾਰੀ ਨਾਲ ਕੰਮ ਕਰ ਲਓ, ਇਹੋ ਹੀ ਮਾਲਕ ਦੀ ਪੂਜਾ ਹੈ, ਸੱਚੀ ਸੁੱਚੀ ਕਿਰਤ ਕਰਨੀ ਉਸਦੀ ਪੂਜਾ ਹੈ। ਤੇਰਾ ਨਾਮ ਕਰੀ ਚੰਨਾ ਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰਲੈ ਘਾਟੇ ਅੰਤਰ ਪੂਜਾ ਹੋਏ, ਪੂਜਾ ਕੀਚੇ ਨਾਮ ਧਿਆਈਏ, ਬਿਨ ਨਾਮੈ ਪੂਜ ਨਾ ਹੋਏ। ਬਾਹਰ ਦੇਵ ਪੁਖਾਲੀ ਹੈ, ਜਿਵੇਂ ਮੰਦਰ ਦਾ ਪੁਜਾਰੀ ਮੂਰਤੀ ਨੂੰ ਬਾਹਰੋਂ ਧੋਂਦਾ ਹੈ, ਕਹਿਣ ਲੱਗੇ ਜਿਵੇਂ ਮੂਰਤੀ ਨੂੰ ਬਾਹਰੋਂ ਪਾਣੀ ਨਾਲ ਧੋਂਦਾ, ਜੇ ਮਨ ਧੋਵੈ ਕੋਏ, ਇੱਦਾਂ ਮਨ ਗੁਰਬਾਣੀ ਨਾਲ ਅੰਦਰੋਂ ਧੋਣਾ, ਧੋਣ ਦੀ ਜਾਚ ਆ ਜਾਏ। ਬਾਹਰ ਦੇਵ ਪਖਾਲੀਆਂ, ਜੇ ਮਨ ਧੋਵੈ ਕੋਏ, ਕੀ ਹੋਏਗਾ, ਝੂਠ ਲਹਿ ਜੀਓ ਮਾਂਝੀਏ, ਝੂਠ ਲਹਿ ਜਾਏਗੀ ਜੀਓ ਮਾਂਝਿਆ ਜਾਏਗਾ, ਅਤੇ ਮੋਖ ਪਿਆਉਣਾ ਹੋਏ, ਰਸਤਾ ਸਾਫ਼ ਹੋ ਜਾਏਗਾ। ਇਹਦਾ ਅਰਥ ਹੋਇਆ ਸਿੱਖ ਨੇ ਪੂਜਾ ਕਿਹੜੀ ਕਰਨੀ ਹੈ, ਪਰਮਾਤਮਾ ਦੇ ਗੁਣ ਜੀਵਨ 'ਚ ਧਾਰਨ ਕਰਨੇ ਉਸਦੀ ਪੂਜਾ ਹੈ। ਅੱਗੇ ਆ ਗਿਆ ਵਰਤ, ਇਹਦਾ ਅਰਥ ਇਹ ਕੰਮ ਪ੍ਰਵਾਨ ਨਹੀਂ ਜਿਹੜਾ ਸਮਾਜ ਕਰ ਰਿਹਾ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਪੂਜਾ, ਜਿਹੜੀ ਸੰਸਾਰ ਕਰ ਰਿਹਾ ਪੂਜਾ, ਇਹ ਬਹੁ ਪ੍ਰਕਾਰ ਜਿਹਦੇ ਨਾਲ ਸ਼ਾਂਤੀ ਟਿਕਾ ਜੀਵਨ 'ਚ ਨਹੀਂ ਪੈਦਾ ਹੋਏਗਾ। ਦੂਜਾ ਹੈ ਵਰਤ, ਵਰਤ ਰੱਖੇ ਜਾ ਰਹੇ ਨੇ, ਵਰਤ ਰੱਖਣ ਦੇ ਵੀ ਵੱਖਰੇ ਵੱਖਰੇ ਤਰੀਕੇ, ਔਰਤ ਵੀ ਵਰਤ ਰੱਖਦੀ ਹੈ, ਕਈਆਂ ਘਰਾਂ 'ਚ ਮਰਦ ਵੀ ਰੱਖਦੇ ਨੇ। ਸਾਨੂੰ ਇੱਕ ਦਿਨ
ਕਿਸੇ ਪਿੰਡ ਵਿੱਚ ਪੰਜਾਬ ਸਮਾਗਮ ਜਾਣ ਦਾ ਮੌਕਾ ਮਿਲਿਆ। ਬੱਚੇ ਅਤੇ ਪਤਨੀ ਦੱਸੇ, ਰਾਤ ਦੇ 12 ਵਜੇ ਸਮਾਗਮ ਤੋਂ ਬਾਅਦ ਸਾਨੂੰ ਲੈ ਗਏ, ਕਹਿੰਦੇ ਜੀ ਸਾਡੇ ਘਰ ਚਲੋ। ਅਸੀਂ ਕਿਹਾ ਕਿਉਂ? ਸ਼ਿਵਜੀ ਦੀਆਂ ਫੋਟੋਆਂ ਲੱਗੀਆਂ ਬੰਨੇ ਬੰਨੇ ਘਰ ਵਿੱਚ, ਮੈਨੂੰ ਛੱਕ ਪੈ ਗਿਆ। ਮੈਂ ਕਿਹਾ ਜੀ ਆਪਣਾ ਪਰਿਵਾਰ ਦਾ ਨਾਂ ਕੀ ਹੈ, ਬੱਚਿਆਂ ਦੇ ਡੈਡੀ ਦਾ ਨਾਮ ਕੀ? ਉਹਨਾਂ ਨਾਂ ਦੱਸਿਆ, ਨਾਂ ਦੇ ਨਾਲ ਲੱਗਾ ਸਿੰਘ। ਮੈਂ ਕਿਹਾ ਇੰਨੀਆਂ ਤਾਂ ਮੰਦਰ ਵਿੱਚ ਵੀ ਤਸਵੀਰਾਂ ਨਹੀਂ ਹੋਣੀਆਂ ਜਿੰਨੀਆਂ ਤੁਸੀਂ ਕਰ ਲਈਆਂ, ਕਾਰਨ ਕੀ? ਉਹ ਭੈਣ ਵਿਚਾਰੀ ਸਿਆਣੀ ਸੀ, ਕਹਿੰਦੇ ਜੀ ਮੇਰੇ ਸਿਰ ਦਾ ਸਾਈ ਸ਼ਿਵਜੀ ਮਹਾਰਾਜ ਨੂੰ ਮੰਨਦਾ, ਵਰਤ ਵੀ ਰੱਖਦਾ ਸੁੱਖ ਨਾਲ। ਬੱਚੇ ਮਨਾ ਕਰਦੇ ਨੇ, ਬੱਚੇ ਕਹਿੰਦੇ ਅਸੀਂ ਡੈਡੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ, ਤੁਸੀਂ ਇਹ ਕੀ ਕਰ ਰਹੇ ਹੋ, ਸਾਨੂੰ ਗੁਰਬਾਣੀ ਨਾਲ ਜੁੜਨ ਦਿਓ। ਬਾਅਦ ਵਿੱਚੋਂ ਇੱਕ ਬੱਚਾ ਬੋਲਿਆ, ਉਹ ਕਹਿੰਦਾ ਜੀ ਅਸਲ ਵਿੱਚ ਨਾ ਮੇਰੇ ਡੈਡੀ ਜੀ ਸ਼ਿਵਜੀ ਦੇ ਭਗਤ ਨੇ। ਮੈਂ ਕਿਹਾ ਕਿਉਂ? ਕਹਿੰਦੇ ਉਹ ਕਹਿੰਦੇ ਸ਼ਿਵਜੀ ਨਸ਼ਾ ਪੀਂਦਾ, ਇਸ ਕਰਕੇ ਮੈਂ ਸ਼ਰਾਬ ਪੀਂਦਾ, ਮੈਨੂੰ ਇਹ ਗੁਰੂ ਫਿੱਟ ਬਹਿੰਦਾ, ਇਹ ਭਗਵਾਨ ਫਿੱਟ ਬਹਿੰਦਾ। ਗੁਰੂ ਗ੍ਰੰਥ ਸਾਹਿਬ ਪੀਣ ਤੋਂ ਮਨਾ ਕਰਦੇ, ਇਸ ਕਰਕੇ ਤੁਹਾਨੂੰ ਇਹ ਫਿੱਟ ਬਹਿੰਦਾ। ਜਿਹੜਾ ਜਿਹੜਾ ਜਿਹਨੂੰ ਫਿੱਟ ਬਹਿੰਦਾ ਹੋਵੇ ਉਹ ਧਾਰਨ ਕਰ ਲਓ। ਕੀ ਇੱਦਾਂ ਕਰ ਲੈਣਾ ਚਾਹੀਦਾ ਸਿੱਖ ਨੂੰ? ਸਾਹਿਬੇ ਕਮਾਲ ਪੁਸਤਕ ਲਾਲਾ ਦੌਲਤ ਰਾਏ ਨੇ ਲਿਖੀ ਹੈ, ਉਹਨੇ ਕਿਹਾ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਪਤਾ ਕੀ ਸੀ? ਜਿੰਨੇ ਪਰਿਵਾਰ ਦੇ ਜੀ ਉਨਿਆਂ ਦੇ ਰੱਬ ਵੱਖਰੇ ਵੱਖਰੇ, ਜਿੰਨੇ ਪਰਿਵਾਰ ਦੇ ਜੀ ਉਨਿਆਂ ਦੇ ਰੱਬ ਵੱਖਰੇ ਵੱਖਰੇ, ਧੀ ਦਾ ਰੱਬ ਵੱਖਰਾ, ਪੁੱਤ ਦਾ ਰੱਬ ਵੱਖਰਾ, ਸਾਰਿਆਂ ਦੇ ਰੱਬ ਆਪਣੇ ਆਪਣੇ। ਬੜਾ ਪਿਆਰਾ ਖਿਆਲ ਦਿੱਤਾ ਹੈ ਭਗਤ ਨਾਮਦੇਵ ਜੀ ਨੇ। ਭਗਤ ਨਾਮਦੇਵ ਜੀ ਕਹਿੰਦੇ ਨੇ ਭੈਰੋ ਭੂਤ ਸੀਤਲਾ ਧਾਵੈ ਖਰ ਬਾਹਨ, ਉਹਦੀ ਗਧੇ ਦੀ ਸਵਾਰੀ ਹੈ ਖਰ ਖੋਤਾ, ਖਰ ਬਾਹਨ ਉਹ ਛਾਰ ਉਡਾਵੈ, ਹਾਂ ਤੋ ਇਹ ਕਰਮਈਆ ਲੈ ਹੂੰ ਆਨ ਦੇਵ ਬਦਲਾਵਨ ਦੇ ਹੂੰ। ਮੈਂ ਇੱਕ ਰੱਬ ਲੈ ਲਿਆ, ਬਾਕੀ ਦੇਵੀ ਦੇਵਤੇ ਦੇ ਦਿੱਤੇ, ਹੁਣ ਕੋਈ ਸ਼ਿਵਜੀ ਤਾਂ ਆਉਂਦਾ। ਹੁਣ ਤੁਸੀਂ ਕਿਸੇ ਦੁਕਾਨ 'ਤੇ ਸਮਾਨ ਲੈਣ ਜਾਓ, ਪੱਗਾਂ ਵਾਲੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਜਿਹੜੇ ਸਿੱਖ ਨੇ ਹਿਰਦਾ ਹੀ ਨਹੀਂ ਤਿਆਰ ਕੀਤਾ ਕਦੀ ਸੁਣ ਲਈ। ਹੁਣ ਤੁਸੀਂ ਕਿਸੇ ਦੁਕਾਨ 'ਤੇ ਸਮਾਨ ਲੈਣ ਜਾਓ ਅਤੇ ਜਿੰਨਾ ਕੁ ਦੁਕਾਨਦਾਰ ਕੋਲ ਸਮਾਨ ਹੋਏਗਾ ਉਹ ਹੀ ਦੇਗਾ ਨਾ। ਹੁਣ ਤੁਸੀਂ ਲੋਹੇ ਵਾਲੀ ਦੁਕਾਨ 'ਤੇ ਜਾ ਕੇ ਕਹੋ ਜੀ 2 ਤੋਲੇ ਸੋਨਾ ਲੈਣਾ ਹੈ, ਦੇ ਦੇਵੇਗਾ? ਮੈਡੀਕਲ ਸਟੋਰ 'ਤੇ ਜਾ ਕੇ ਕਹੋ ਜੀ 2 ਕਿਲੋ ਆਟਾ ਦੇ ਦਿਓ, ਐਸਾ ਤਾਂ ਨਹੀਂ ਹੋ ਸਕਦਾ ਨਾ। ਵੱਡੇ ਵੱਡੇ ਮੌਲ ਜਿਹੜੇ ਹੁੰਦੇ ਨੇ ਉਹਨਾਂ ਤੋਂ ਸੂਈ ਤੋਂ ਲੈ ਕੇ ਵੱਡੀ ਚੀਜ਼ ਤੱਕ ਪ੍ਰਾਪਤ ਹੋ ਜਾਂਦਾ, ਪਰ ਜਿਹੜੀ ਦੁਕਾਨ 'ਚ ਜੋ ਸਮਾਨ ਹੋਵੇਗਾ ਤੁਹਾਨੂੰ ਉਹ ਹੀ ਮਿਲੇਗਾ ਨਾ। ਕਹਿਣਗੇ ਜਿਹਨੂੰ ਤੁਸੀਂ ਧਿਆਉਂਦੇ ਹੋ ਜੋ ਉਹਦੇ ਕੋਲ ਹੈ, ਵੱਧ ਤੋਂ ਵੱਧ ਜੇ ਉਹਨੂੰ ਤੁਸੀਂ ਖੁਸ਼ ਵੀ ਕਰ ਲਿਆ, ਜੋ ਉਹਦੇ ਕੋਲ ਆਪਣੇ ਕੋਲ ਹੈ ਉਹ ਤੁਹਾਨੂੰ ਦੇ ਦੇਵੇਗਾ। ਜਿਹੜੇ ਰੱਬ ਨੂੰ ਪਾਉਣਾ ਚਾਹੁੰਦੇ ਨੇ, ਜਿਹੜਾ ਰੱਬ ਗੁਰੂ ਨਾਨਕ ਨੇ ਬਿਆਨ ਕੀਤਾ ਉਹ ਨਿਰਵੈਰ ਹੈ। ਜਿੱਦਣ ਰੱਬ ਸਾਡੇ 'ਤੇ ਖੁਸ਼ ਹੋ ਗਿਆ ਉਹਨੇ ਕਹਿਣਾ ਮੈਂ ਨਿਰਵੈਰ ਹਾਂ, ਆ ਤੈਨੂੰ ਮੈਂ ਵੈਰ ਤੋਂ ਰਹਿਤ ਕਰਾਂ, ਮੈਂ ਨਿਰਭਾਉ ਹਾਂ, ਮੈਂ ਤੇਰੇ 'ਤੇ ਖੁਸ਼ ਹੋ ਗਿਆ, ਆ ਤੈਨੂੰ ਮੈਂ ਭਉ ਤੋਂ ਰਹਿਤ ਕਰਾਂ। ਭਗਤ ਨਾਮਦੇਵ ਜੀ ਕਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਜਿਹੜੇ ਸ਼ਿਵ ਸ਼ਿਵ ਕਰਕੇ ਧਿਆਉਂਦੇ ਨੇ, ਜੇ ਮੰਨ ਲਓ ਸ਼ਿਵ ਇੱਕ ਦਿਨ ਖੁਸ਼ ਵੀ ਹੋ ਗਿਆ ਤਾਂ ਕੀ ਦੇਵੇਗਾ? ਬਰਦ ਚਰੈ ਡੌਰੂ ਡਮਕਾਵੈ, ਉਹ ਕਹੇਗਾ ਭਾਈ ਮੇਰੇ ਕੋਲ ਬਲਦ ਹੈ, ਮੇਰੀ ਬਲਦ ਦੀ ਸਵਾਰੀ 'ਤੇ ਇੱਕ ਡਬਰੂ ਹੈ, ਮੈਂ ਤੈਨੂੰ ਦੇ ਸਕਦਾ, ਇਸ ਤੋਂ ਵੱਧ ਕਿ ਮੇਰੇ ਕੋਲ ਕੁਝ ਨਹੀਂ ਹੈ। ਪੱਗਾਂ ਵਾਲਿਓ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਇਮਾਨਦਾਰੀ ਨਾਲ ਸੋਚਣਾ ਪਵੇਗਾ ਸਾਨੂੰ, ਪਵਿੱਤਰ ਹਿਰਦੇ ਨਾਲ ਇਹਨਾਂ ਬਾਣੀ ਦੀਆਂ ਤੁਕਾਂ ਦੀ ਵਿਚਾਰ ਕਰਨੀ ਪਵੇਗੀ। ਪਰ ਨਹੀਂ ਤਿਆਰ ਕੀਤਾ ਆਪਣਾ ਹਿਰਦਾ, ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੋਚ ਨੂੰ ਆਪਣੇ ਜੀਵਨ 'ਚ ਧਾਰਨ ਕਰਨ ਨੂੰ ਤਿਆਰ ਕੋਈ। ਜਿਹੜੀ ਵਿਪਰਵਾਦੀ ਦੀ ਸੋਚ ਸਾਡੇ ਸਮਾਜ ਵਿੱਚ ਹੌਲੀ ਹੌਲੀ ਆਉਣੀ ਸ਼ੁਰੂ ਹੋ ਗਈ, ਵਰਤ ਰੱਖੇ, ਹਾਂ ਕੋਈ ਵੈਸੇ ਰੋਟੀ ਨਾ ਖਾਵੇ ਹਫ਼ਤੇ 'ਚ ਇੱਕ ਦਿਨ ਤਾਂ ਵਿਸ਼ਾ ਵੱਖਰਾ ਹੈ, ਪਰ ਇਹ ਭਾਵਨਾ ਰੱਖੇ ਵੀ ਮੇਰੇ ਭੁੱਖੇ ਰਿਹਾ ਕੋਈ ਭਗਵਾਨ ਖੁਸ਼ ਹੋ ਜਾਣਾ, ਅਤੇ ਇਹ ਵਰਤ ਜ਼ਿਆਦਾ ਕਰਕੇ ਔਰਤਾਂ ਦੇ ਹਿੱਸੇ ਆਏ ਨੇ। ਪਤੀ ਸ਼ਰਾਬੀ ਹੋਵੇ, ਕਮਾਈ ਨਾ ਕਰਦਾ ਹੋਵੇ, ਰੋਜ਼ ਲੜਦਾ ਹੋਵੇ, ਔਰਤ ਫਿਰ ਵੀ ਉਡੀਕਦੀ ਹੈ ਵੀ ਅੱਜ ਚੰਦਰਮਾ ਚੜ੍ਹਨਾ ਹੈ ਅਤੇ ਮੈਂ ਰੋਟੀ ਖਾਣੀ, ਜਿਵੇਂ ਰੋਜ਼ੇ ਹੁੰਦੇ ਆ ਨਾ, ਰੋਜ਼ੇ 30 ਦਿਨ ਮੁਸਲਮਾਨ ਸੂਰ ਚੜ੍ਹਨ ਤੋਂ ਪਹਿਲਾਂ ਖਾ ਲੈਂਦਾ ਹੈ। ਆ ਸਾਨੂੰ ਇੱਕ ਦਿਨ ਜਾਣ ਦਾ ਮੌਕਾ ਮਿਲਿਆ, ਉੱਦਣ ਸ਼ਾਮਾਂ ਪਈਆਂ ਸਮਾਗਮ ਤੋਂ ਆ ਰਹੇ ਅਤੇ ਰੇਹੜੀਆਂ ਤੋਂ ਫਰੂਟ ਮੁੱਕਿਆ ਹੋਇਆ ਘੱਟ ਸੀ, ਅਸੀਂ ਪੁੱਛਿਆ ਅੱਜ ਗੱਲ ਕੀ ਹੈ, ਕਹਿੰਦੇ ਜੀ ਵਰਤ ਹੈ। ਅਸੀਂ ਕਿਹਾ ਵਰਤ ਹੈ ਅਤੇ ਫਰੂਟ ਜ਼ਿਆਦਾ ਹੋਣਾ ਚਾਹੀਦਾ ਬੰਦਾ ਖਾਂਦਾ, ਨਹੀਂ ਜੀ ਉਹ ਸਿਰ ਦਿਆਂ ਸਵਾਮੀਆਂ ਦੀਆਂ ਡਿਊਟੀਆਂ ਲੱਗੀਆਂ ਨੇ, ਅੱਜ ਤਾਂ ਕੇਲੇ ਵੀ ਮੁੱਕ ਗਏ, ਸੇਬ ਵੀ ਮੁੱਕ ਗਏ, ਸਾਰਾ ਫਰੂਟ ਮੁੱਕ ਗਿਆ, ਉਹ ਤਾਂ ਚੰਦਰਮਾ ਦੀ ਉਡੀਕ ਹੋ ਰਹੀ ਹੈ, ਕਦੋਂ ਦਿਸੇ ਅਤੇ ਕਦੋਂ ਵਰਤ ਤੋੜੀਏ।
ਇਹ ਕੋਈ ਕਾਰਖਾਨੇ ਦਾ ਮਾਲਕ ਥੋੜ੍ਹਾ ਹੈ ਜਿਹਦੇ ਅੱਗੇ ਭੁੱਖ ਹੜਤਾਲ ਕੀਤੀ ਆ ਉਹ ਤੁਹਾਡੀ ਤਨਖਾਹ ਵਧਾ ਦੇਗਾ। ਪਰ ਔਰਤ ਨੂੰ ਮਾਨਸਿਕ ਤੌਰ 'ਤੇ ਇੰਨਾ ਪਾਸੇ ਕਰਤਾ ਗਿਆ ਵੀ ਜਦੋਂ ਪਤੀ ਦੀ ਲੰਬੀ ਉਮਰ ਰੱਖਣੀ ਹੈ ਅਤੇ ਵਰਤ ਰੱਖਿਆ ਜਾਣਾ ਹੈ। ਵੈਸੇ ਇੱਕ ਬੇਨਤੀ ਕਰਾਂ, ਇਹ ਔਰਤ ਪਤੀ ਦੀ ਲੰਬੀ ਉਮਰ ਵਾਸਤੇ ਵਰਤ ਨਹੀਂ ਰੱਖਦੀ, ਕਦੀ ਇਹਦੀ ਪਿਛੋਕੜ ਵੀ ਜਾ ਕੇ ਵੇਖੋ। ਪੁਰਾਣੇ ਸਮੇਂ 'ਚ ਸਤੀ ਪ੍ਰਥਾ ਸੀ, ਜਦੋਂ ਪਤੀ ਮਰਦਾ ਜੇ ਤਾਂ ਔਰਤ ਚੜ੍ਹਾਈ ਕਰ ਜਾਏ, ਅਤੇ ਇੱਥੋਂ ਦਾ ਰਿਵਾਜ਼ ਇਹ ਸੀ ਵੀ ਚਿਖਾ ਠੰਡੀ ਨਹੀਂ ਹੋਣ ਦੇਣੀ ਅਤੇ ਦੂਜੀ ਔਰਤ ਲਿਆ ਕੇ ਦੇ ਦੇਣੀ ਹੈ। ਦੂਜਾ ਰਿਸ਼ਤਾ ਵੱਟ 'ਤੇ ਪਿਆ ਉਸ ਵੇਲੇ, ਭਾਵੇਂ ਉਮਰ ਵੱਡੀ ਹੋਵੇ ਕੋਈ ਗੱਲ ਨਹੀਂ, ਅਤੇ ਜੇ ਚੜ੍ਹਾਈ ਕਰ ਗਿਆ ਮਨੁੱਖ ਭਾਵੇਂ ਉਮਰ ਛੋਟੀ ਹੋਵੇ ਨਾਲ ਹੀ ਸਤੀ ਕਰ ਦਿਓ, ਤਿਆਰ ਕਰਕੇ ਸਤੀ ਪ੍ਰਥਾ। ਪਾਗਾਂ ਵਾਲਿਓ ਇਹ ਧੰਨਵਾਦ ਕਰੋ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਸ਼ੁਕਰਾਨਾ ਕਰੋ ਮੇਰੀ ਉਹ ਭੈਣੋ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹਨੇ ਸਤੀ ਪ੍ਰਥਾ ਬੰਦ ਕਰਾਈ ਅਤੇ ਅਕਬਰ ਦੇ ਕੋਲੋਂ ਕਾਨੂੰਨ ਪਾਸ ਕਰਾਇਆ। ਜੇ ਮਰਦ ਚੜ੍ਹਾਈ ਕਰਦਾ ਹੈ ਔਰਤ ਚੜ੍ਹਾਈ ਕਰਦੀ ਹੈ ਅਤੇ ਮਰਦ ਦੂਜਾ ਵਿਆਹ ਕਰਾਉਂਦਾ ਹੈ, ਜੇ ਔਰਤ ਮਰਦ ਚੜ੍ਹਾਈ ਕਰਦੇ ਅਤੇ ਔਰਤ ਨੂੰ ਵੀ ਪੁਨਰ ਵਿਆਹ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜੇ ਉਮਰ ਘੱਟ ਹੋਵੇ ਤਾਂ। ਅਤੇ ਫਿਰ ਬ੍ਰਾਹਮਣ ਨੇ ਚਾਲ ਰਚੀ ਸੀ, ਉਹਨੇ ਆਖਿਆ ਤੂੰ ਵਰਤ ਰੱਖਿਆ ਕਰ ਪਤੀ ਦੀ ਲੰਬੀ ਉਮਰ ਵਾਸਤੇ, ਕਿਉਂਕਿ ਉਹਨੂੰ ਪਤਾ ਸੀ ਜਿੰਨੀ ਦੇਰ ਤੱਕ ਪਤੀ ਜਿਉਂਦਾ ਭਾਵੇਂ ਸ਼ਰਾਬੀ ਹੈ ਉੱਨੀ ਦੇਰ ਤੱਕ ਮੈਂ ਜਿਉਂਦੀ, ਜਿੱਦਣ ਇਹ ਮਰ ਗਿਆ ਮੈਨੂੰ ਵੀ ਨਾਲ ਹੀ ਫੂਕ ਦੇਣਾ ਉਹਨਾਂ ਨੇ। ਸੁਣਨੀ ਥੋੜ੍ਹਾ ਮੇਰੀ, ਇੱਥੋਂ ਦੇ ਧਰਮ ਦੇ ਮੁਖੀਆਂ ਨੇ ਫਤਵਾ ਜਾਰੀ ਕਰਨਾ, ਭਾਵੇਂ ਮੈਂ ਮੰਨਾਂ ਭਾਵੇਂ ਨਾ ਮੰਨਾਂ, ਚੌਕੇ ਚਿਖਾ 'ਚ ਬਿਠਾਈ ਦੇਣਾ ਸਤੀ ਪ੍ਰਥਾ ਸੀ। ਭਾਵੇਂ ਪਤੀ ਨਾ ਇੱਕ ਦਿਨ ਨਾ ਬਣੇ, ਫਿਰ ਵੀ ਹਿੰਦੁਸਤਾਨ ਦੀਆਂ ਔਰਤਾਂ ਉਹਨੂੰ ਵਰਤ ਰਖਾਉਣ ਲਈ ਮਜ਼ਬੂਰ ਕਰਦੀਆਂ ਸਨ ਅਤੇ ਰੱਖਿਆ ਜਾ ਰਿਹਾ ਸਮਾਜ ਵਿੱਚ। ਪਾਗਾਂ ਵਾਲੀ ਹੋ ਮੇਰੀ ਉਹ ਭੈਣੋ, ਜੇ ਕੋਈ ਮੇਰੀ ਭੈਣ ਵਰਤ ਰੱਖਦੀ ਹੈ ਤਾਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਪ੍ਰਣ ਕਰਕੇ ਜਾਣਾ, ਨਾਲੇ ਤੁਹਾਡੇ ਭੁੱਖੇ ਰਿਹਾ ਮਾਲਕ ਨੇ ਕੋਈ ਸਵਾਸ ਨਹੀਂ ਵਧਾ ਦੇਣੇ, ਨਾਲੇ ਕਦੀ ਮਰਦ ਨੇ ਰੱਖਿਆ ਵਰਤ ਔਰਤ ਵਾਸਤੇ ਵੀ ਇਹਦੀ ਵੀ ਲੰਬੀ ਉਮਰ ਹੋਵੇ, ਇਹ ਵੀ ਲੰਬੀ ਉਮਰ ਭੋਗੇ? ਬਿਲਕੁਲ ਨਹੀਂ। ਔਰਤ ਨੂੰ ਪੈਰ ਦੀ ਜੁੱਤੀ ਤਾਂ ਕਹਿ ਦਿੱਤਾ ਇੱਥੋਂ ਦੀਆਂ ਗ੍ਰੰਥਾਂ ਨੇ, ਜੇ ਪਹਿਲੀ ਵਾਰ ਕਿਸੇ ਨੇ ਬਰਾਬਰਤਾ ਦਾ ਦਰਜਾ ਦਿੱਤਾ ਸੀ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਨੇ। ਪਾਗਾਂ ਵਾਲੀਓ ਭੈਣੋ, ਤੁਹਾਨੂੰ ਮਾਣ ਹੋਏਗਾ, ਸਿੱਖ ਧਰਮ ਦੇ ਵਿੱਚ ਪਹਿਲੀ ਗੁਰੂ ਨਾਨਕ ਦੀ ਸਿੱਖ ਹੀ ਔਰਤ ਹੈ ਬੇਬੇ ਨਾਨਕੀ, ਸਿੱਖ ਹੀ ਬੇਬੇ ਨਾਨਕੀ ਹੈ, ਬਾਅਦ ਵਿੱਚ ਪੁਰਖਾਂ ਦੀ ਗੱਲ ਆਉਂਦੀ ਹੈ। ਅਤੇ ਜੇ ਅਰਦਾਸ ਵਿੱਚ ਸਿੱਖਾਂ ਦਾ ਨਾਂ ਹੈ ਅਤੇ ਨਾਲ ਭੈਣਾਂ ਪਿੱਛੇ ਨਹੀਂ ਰਹੀਆਂ, ਜਿੰਨਾ ਸਿੰਘਾਂ ਸਿੰਘਣੀਆਂ ਲੱਭ ਜਾਂਦਾ ਹੈ। ਧਰਮ ਏਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ। ਜੇ ਮਰਦ ਨੇ ਬੱਚੇ ਦਾ ਦਿਲ ਕਢਵਾ ਕੇ ਮੂੰਹ 'ਚ ਪੁਆਇਆ ਤਾਂ ਦੁਨੀਆਂ ਕਹਿੰਦੀ ਸੀ ਮਾਵਾਂ ਕਮਜ਼ੋਰ ਹੁੰਦੀਆਂ, ਮੀਰ ਮਨੂ ਦੀ ਜੇਲ੍ਹ 'ਚ ਬੱਚਿਆਂ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਗਲਾਂ 'ਚ ਹਾਰ ਪਾਏ ਗਏ, ਮਾਵਾਂ ਅਡੋਲ ਹੋ ਕੇ ਸਿਦਕ ਨੂੰ ਆਪਣੇ ਜੀਵਨ 'ਤੇ ਹੰਢਾਇਆ ਹੈ। ਥੋੜ੍ਹਾ ਜਿਹਾ ਭਰੋਸਾ ਵਿਸ਼ਵਾਸ ਜੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਮਾਵਾਂ ਆਪਣੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰਤੀ ਵਫ਼ਾਦਾਰ ਹੋ ਜਾਣ, ਸਮਝ ਆ ਜਾਏਗਾ ਵਰਤ ਰੱਖੇ ਅੰਦਰ ਅਹੰਕਾਰ ਨੇ ਖੁਸ਼ ਨਹੀਂ ਹੋਣਾ। ਪੂਜਾ ਹਾਂ ਜੇ ਵਰਤ ਰੱਖਣਾ ਹੀ ਤਾਂ ਮਾਲਕ ਜੀ ਕਹਿੰਦੇ ਨੇ ਰੱਖ, ਅੱਖਾਂ ਪਰਾ ਰੂਪ ਨਾ ਤੱਕਣੇ ਵਰਤ ਰੱਖ, ਜ਼ੁਬਾਨ ਝੂਠ ਨਾ ਬੋਲੇ ਵਰਤ ਰੱਖ, ਪੈਰ ਗਲਤ ਰਸਤੇ 'ਤੇ ਨਾ ਤੁਰਨੇ ਵਰਤ ਰੱਖ, ਕੰਨਾਂ ਨਾ ਨਿੰਦਿਆ ਨਾ ਸੁਣੇ ਵਰਤ ਰੱਖ। ਕਹਿਣ ਲੱਗੇ ਖਾਣਾ ਪਾਣੀ ਛੱਡਣ ਦਾ ਵਰਤ ਨਹੀਂ, ਮਾੜੀਆਂ ਆਦਤਾਂ ਦਾ ਵਰਤ ਰੱਖ ਜੇ ਵਰਤ ਰੱਖਣਾ, ਅਤੇ ਬੁਰਾਈਆਂ ਦਾ ਵਰਤ ਰੱਖ। ਪੂਜਾ ਵਰਤ, ਤੀਜਾ ਹੈ ਤਿਲਕ। ਇਹ ਤਿਲਕ ਵੀ ਪ੍ਰਭੂ ਨੂੰ ਪਾਉਣ ਲਈ ਅਤੇ ਮਨ ਦੀ ਸ਼ਾਂਤੀ ਪੈਦਾ ਕਰਨ ਲਈ ਲਾਇਆ ਜਾਂਦਾ ਸੀ। ਤਿਲਕ ਤੁਸੀਂ ਵੇਖਿਓ, ਤਿਲਕ ਮੱਥੇ 'ਤੇ ਲੱਗਦਾ ਹੈ, ਕਿਉਂ ਲਾਇਆ ਜਾਂਦਾ ਤਿਲਕ? ਚੰਦਨ ਠੰਡਾ ਹੁੰਦਾ ਹੈ, ਚੰਦਨ ਠੰਡਾ ਹੁੰਦਾ ਹੈ, ਅਤੇ ਮਨੁੱਖ ਦੇ ਅੰਦਰ ਦੀ ਖੁਸ਼ੀ ਅਤੇ ਅੰਦਰ ਦੀ ਗਮੀ ਚਿਹਰੇ ਤੋਂ ਪਤਾ ਲੱਗਦਾ। ਤੁਸੀਂ ਵੇਖਣਾ ਕੋਈ ਬੰਦਾ ਖੁਸ਼ ਬੜਾ ਹੋਵੇ ਆਪਾਂ ਕਹਿੰਦੇ ਅੱਜ ਚਿਹਰਾ ਬੜਾ ਖਿੜਿਆ, ਅਤੇ ਬੰਦਾ ਦੁਖੀ ਹੋਵੇ ਆਪਾਂ ਕਹਿੰਦੇ ਅੱਜ ਚਿਹਰਾ ਬੜਾ ਮੁਰਝਾਇਆ। ਹੱਥਾਂ ਤੋਂ ਨਹੀਂ ਪਤਾ ਲੱਗਦਾ ਮਨੁੱਖ ਦੇ, ਕਦੀ ਕਿਸੇ ਨੇ ਅੰਦਾਜ਼ਾ ਲਾਇਆ ਤੇਰੇ ਹੱਥ ਬੜੇ ਖੁਸ਼ ਨੇ? ਚਿਹਰੇ ਤੋਂ ਪਤਾ ਲੱਗਦਾ। ਹੁਣ ਪੁਜਾਰੀ ਦੇ ਕੋਲ ਹੋਰ ਤਾਂ ਕੁਝ ਹੈ ਨਹੀਂ ਸੀ, ਉਹਨੇ ਆਖਿਆ ਚਿਹਰੇ ਤੋਂ ਹੀ ਪਤਾ ਲੱਗਦਾ ਮਨੁੱਖ ਖੁਸ਼ ਹੈ ਕਿ ਉਦਾਸ ਹੈ, ਇਹਦਾ ਚਿਹਰਾ ਉਦਾਸ ਹੈ। ਚਲੋ ਮੱਥੇ 'ਤੇ ਚੰਦਨ ਦੇ ਟਿੱਕੇ ਲਾਓ, ਮੱਥਾ ਠੰਡਾ ਕਰ ਦਿਓ। ਮੇਰੇ ਬਾਪੂ ਨੂੰ ਕਹਿਣਾ ਪਿਆ ਚੰਦਨ ਚੰਦ
ना सरद रुत, ना चंदन ते ना चांद, चंद्रमा सरद रुत ना सर्दी दी रुत, मूल ना मिट ही काम। ये सारिया चीज़ां मनुख दे जीवन चो तपश नहीं मुका सकदी। कादी तपश है? वकारा दी। मूल ना मिट ही काम, शीतल थी वै नानका जपंदड़ो हर नाम। सच ते तुरिया निरंकार दे गुण गाया, मालक दा नाम जपिया अंदर ठंडा होने, तिलक लाया नहीं मथे ते, तिलक लाया मालक ने खुश नहीं होना, पर लाए गए तिलक ते मेरे बापू नू कहना पिया, पढ़ पुस्तक संध्या बादंग सेल पूजस बगल समादंग। सेल दी पूजा करदा ते बगले वांगू समाधि लाउंदा है। मुख झूठ बेपूखण सारंग त्रैपाल तिहार बिचारंग, गल माला तिलक ललाटंग दोए धोती बस्त्र कपाटंग। जे जानस ब्रह्मं करमं, जे तेनू ब्रह्म दे करमां दा पता लग जाए, उन्हूं केड़े पसंद ने, तो समझ आ जाएगी सब फोकट निश्चो करम। भी आ सारे काम फोकट ने। माड़ा नू फोकट के अज सिख माड़ा फड़िया फड़दा वेखेगा तुहानू। कई गुरुद्वारे माड़ा लमका के आउणगे, हाथ विच माड़ा फड़ी होएगी, दूजियां नू की कहना है? कौम दे वड्डे वड्डे प्रचारकां ते रागियां दे हाथ विच तुहानू माड़ा दिस पवेगी। जिहड़े गुरु नानक साहिब सच्चे पातशाह ने बाणी विच माड़ा दा खंडन कीता ते कह दिता माड़ा की है, कबीर जपनी काठ की क्या दिखला मैं लोए। जपनी तो लोगों को खाई जाती है ना, हुण केड़ा किन्ना, हुण जिहड़ी रोटी है घरों को खा के आए, दूजे नूं पता है खा के आया कि नहीं खा के आया? कोई मनुख घरों रोटी खा के आया है, दूजे नूं पता लगेगा खा के आया कि नहीं खा? दस्सियां पता लगेगा ना, घरों पाठ करके आया कोई नहीं करके आया, पता लगेगा? दसेगा तो पता लगेगा ना। पर माड़ा दसदी है दूरों भी, ये बड़ा धर्मी है। माड़ा वाले बारे पुछण की लोड़ नहीं पैंदी। फिर कई बार बस ट्रेन च बंदा सगों विखा विखा फेरदा, गुरुद्वारे भी कीर्तन हो रहा हुंदा है, माड़ा घूम रही हुंदी है। जो ये विचारां हो रही ने गुरु ग्रंथ साहिब की बाणी के आधार पर ने। जे कोई रागी, कई तो माड़ावां वंडदे ने दुकानां ते माड़ा। जिहड़ी कौम इस करके जानी जाती सी, ये सवा लाख से एक लड़ाऊ है, ये सवा सवा लख नाल एक कला कला लड़न वाला योद्धा है, अज कहदे नाल जानी जाती है? इन्नी माड़ा फेर लैने सुख ना सी, तत मार के रख दिता ना। आ सलोक जिहड़ा भी माड़ा फिरदा उहदे अगे आ सलोक ते रखो भी, इहदा अर्थ कर दे। गुरु नानक साहिब दियां फोटोआं ते माला पवा दित्तियां, गल विच माला पवा दित्ती, पर सवाल नहीं किसे ने कीता, कबीर जपनी काठ की क्या दिखला मैं लोए, हिरदय राम ना चेतई। हिरदे च सच है नहीं, ए जपनी क्या होए, ए माला नाल की होएगा ते अहंकार ही वधाएगी, हिरदे च सच है नहीं। वो कहिंदे कोई ट्रक चलाउण वाला किसे बाबे को चला गया, बाबा जी गड्डियां ते माल लेके जाना, बिजनेस घाटा पै रहा, कोई मंत्र दसो। उन्हें आख्या माड़ा लै जा, एक दिहाड़ी विच दो वार फेरिया कर, पंजा ये मणके ने इन्नी वार इनू फेरिया कर। आया छियां कु महीनिया बाद, कहिंदा जी कारोबार च को वाधा नहीं होया, उत्थे कि जाई है? कहिंदा किन्नी माड़ा फेरना है, गिणती कोई नहीं जी, गिणतियां तो बहरे। कहिंदा किवें? गिणती तो बहरे है जी। कहिंदा किवें? कहिंदा एक्सल नाल बन दित्ती है जी, रेस दिना, हुण तुसीं आपे अंदाजा लगा लो, जिन्नी रेस दिना उन्नी माड़ा फिरी जांदी है। स्टेयरिंग ते बैठा गड्डी घुमाई जाना, बंबे दे चक्कर लग ही जांदे ने महीने च चार क अंदाजा, तुसीं आप ला लो, हुण गिणिया ते मेरे को जाना कोई नहीं। वो कहिंदा मजाक करदा महापुरखां नाल? कहिंदा नहीं जी, मजाक नहीं करदा, ये मणके ते मणका वेलड़ तुसीं फेर सकदे हो, असीं ट्रक चलाउण वाले थोड़ा गिण सकदे हां। अभी तो किरती बंदे हाँ, सानू तो सब्जी हरी ढोनी पैंदी है, वो माल ही तां मिलना जी हरी सब्जी टाइम ना पहुँची, जे मलक ये माड़ा दे मणके गिण लग पाए तो फिर सब्जी नहीं पहुँचनी, असं तो रोज़ घाटा खावे। असी कि एक्सल नाल बन दी घुट के कैलेंडर नूं क्या बन्ने थले, रेस नप्पी जाइए है 90-80 ते गड्डी जाती, अंदाजा तुसीं आप, बाकी कैलकुलेटर लैके अकाउंट तुसीं कर लो भी किन्ने एक वारी नाम जपया गया होएगा। ये वेलड़ बंदा कर सकता है, जां विखावा
ਸਮਝ ਲੈਣਾ ਜੇ ਕੋਈ ਰਾਗੀ ਪ੍ਰਚਾਰਕ ਹੱਥ ਵਿੱਚ ਮਾਲਾ, ਕਈਆਂ ਨੇ ਹੱਥ ਵਿੱਚ ਪਾਈਆਂ ਹੁੰਦੀਆਂ, ਐਂ ਘੁੰਮਦੇ ਫਿਰਨਗੇ ਜਿਵੇਂ ਵੀ ਅਸੀਂ ਨਾਲ ਲੈ ਕੇ ਤੁਰੇ ਫਿਰਦੇ ਹਾਂ। ਆ ਮੈਂ ਪਿਛਲੇ ਦਿਨੀ ਮਲੇਸ਼ੀਆ ਗਿਆ, ਉੱਥੇ ਮੈਂ ਰਾਗੀ ਦੇ ਹੱਥ ਵਿੱਚ ਮਾਲਾ ਵੇਖੀ। ਕਥਾ ਕਰਦਿਆਂ ਕਰਦਿਆਂ ਮੈਂ ਬਾਅਦ ਵਿੱਚ ਕਹਿ ਦਿੱਤਾ, ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਨਾਮ ਜ਼ਿਆਦਾ ਜਪਦੇ ਜੇ ਦੁਨੀਆ ਨਾਲੋਂ? ਨਹੀਂ ਜੀ ਵੈਸੇ ਉੱਦਾਂ ਹੀ ਪਾਈ ਹੈ। ਮੈਂ ਕਿਹਾ ਮੈਂ ਤੈਨੂੰ ਫੇਰਦੇ ਤਾਂ ਕਦੀ ਵੇਖਿਆ ਨਹੀਂ, 8 ਦਿਨ ਹੋ ਗਏ ਆਪਾਂ ਇਕੱਠੇ ਰਹਿ ਰਹੇ ਹਾਂ, ਵੀ 8 ਦਿਨ ਹੋ ਗਏ ਆ ਇਹ ਮਾਲਾ ਘੁੰਮਦੀ ਮੈਂ ਵੇਖੀ ਨਹੀਂ, ਰੋਟੀ ਵੀ ਆਪਾਂ ਇਕੱਠੇ ਖਾਂਦੇ ਹਾਂ, ਇਕੱਠੇ ਆਪਾਂ ਰਹਿ ਰਹੇ ਹਾਂ, ਕਿਉਂ? ਉਹ ਬਸ ਜਦੋਂ ਵਾਜੇ 'ਤੇ ਹੱਥ ਫੇਰੀਦਾ ਨਾ ਸੰਗਤਾਂ 'ਚ ਪ੍ਰਭਾਵ ਪੈਂਦਾ, ਵਾਹਵਾ ਧਰਮੀ ਬੰਦਾ ਹੈ। ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ, ਮੈਂ ਤਾਂ ਇੱਕ ਦੀ ਗੱਲ ਕੀਤੀ, ਅੰਦਾਜ਼ਾ ਤੁਸੀਂ ਆਪ ਲਾ ਲਓ। ਫਿਰ ਬੇਨਤੀ ਕਰ ਦੇਵਾਂ, ਇਹ ਬਾਣੀ ਦੀਆਂ ਤੁਕਾਂ, ਬਾਣੀ ਦੀਆਂ ਵਿਚਾਰਾਂ ਨੇ, ਇਹ ਕੋਈ ਆਪਣੇ ਵੱਲੋਂ ਗੱਲ ਨਹੀਂ, ਤੁਹਾਨੂੰ ਸਵਾਲ ਹੈ ਪੂਰਨ ਤੌਰ 'ਤੇ, ਤੁਸੀਂ ਸਵਾਲ ਕਰੋ, ਪੁੱਛੋ ਭਾਈ ਆ ਜੇ ਤੁਸੀਂ ਗਲ ਵਿੱਚ ਵੀ ਮਾਲਾ ਪਾਈਏ, ਹੱਥ ਵਿੱਚ ਵੀ ਮਾਲਾ ਪਾਈਏ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਪਾਈਏ ਕਿ ਆਪੇ ਪਾਈਏ? ਅੱਛਾ, ਕਈ ਕਹਿਣਗੇ ਨਹੀਂ ਜੀ ਇਹ ਸਿਮਰਨ ਚਲਾਉਣ ਵਾਸਤੇ ਹੈ। ਅੱਛਾ, ਕਿੰਨਾ ਚਿਰ ਹੋ ਗਏ ਬਾਬਾ ਬਣੇ ਨੂੰ? 30 ਸਾਲ ਹੋ ਗਏ, ਅਜੇ ਚੱਲਿਆ ਹੀ ਨਹੀਂ ਸਿਮਰਨ, ਅਜੇ ਬਾਬੇ ਨੇ ਵੀ ਹੱਥ 'ਚ ਮਾਲਾ ਫੜੀ, ਅਜੇ ਚੱਲਿਆ ਹੀ ਨਹੀਂ, ਕਦੋਂ ਚੱਲੇਗਾ? 30 ਸਾਲ ਵਾਲੇ ਨੂੰ ਵੀ ਮਾਲਾ ਦੀ ਲੋੜ ਪੈ ਰਹੀ ਹੈ, ਅਤੇ ਬਾਬਾ ਫਤਿਹ ਸਿੰਘ ਦੀ ਉਮਰ ਹੀ 7 ਸਾਲ ਦੀ ਸੀ, ਕਿਤੇ ਵੇਖਿਆ ਉਹਨੂੰ ਮਾਲਾ ਫੇਰਦੇ ਨੂੰ, ਨੀਹਾਂ 'ਚ ਖਲੋਤੇ ਨੂੰ? ਉਹ ਮਾਲਾ ਹੈ ਬਾਬਾ ਫਤਿਹ ਸਿੰਘ ਜੀ, ਤੁਹਾਡੀ ਉਹ ਮਾਲਾ ਸੀ, ਵਜ਼ੀਰ ਖਾਂ ਅੱਖਾਂ ਨਹੀਂ ਨੀਵੀਆਂ ਕਰਾ ਸਕਿਆ ਤੁਹਾਡੀ, ਤੁਹਾਡੀ ਮਾਲਾ ਵਰਗੀ ਮਾਲਾ ਕਿਸੇ ਮਹਾਂਪੁਰਖ ਨੇ ਫੇਰਨੀ ਨਹੀਂ। ਬਾਬਾ ਜੋਰਾਵਰ ਸਿੰਘ ਜੀ, ਤੁਹਾਡੇ ਵਰਗੀ ਮਾਲਾ ਕਿਹਨਾਂ ਨੇ ਫੇਰਨੀ ਹੈ? ਮਾਤਾ ਗੁਜਰ ਕੌਰ ਨੇ ਮਾਲਾ ਦੇ ਕੇ ਤੋਰਿਆ ਸੀ, ਲੈ ਪੁੱਤਰ ਨੀਹਾਂ ਜਦੋਂ ਖਲੋਣ ਲੱਗੇ ਮਾਲਾ ਫਿਰੀ ਜਾਇਓ ਨਾ, ਸਿਦਕ ਦੇ ਕੇ ਤੋਰਿਆ ਸੀ, ਪੋਤਰਿਓ ਤੁਸੀਂ ਉਸ ਦਾਦੇ ਦੇ ਪੋਤਰੇ ਦੇ ਜਿਹਨੂੰ ਵਕਤ ਦਾ ਬਾਦਸ਼ਾਹ ਔਰੰਗਜ਼ੇਬ ਨਹੀਂ ਚੁਕਾ ਸਕਿਆ, ਬੱਚਿਓ ਸਿਰ ਨੀਵਾਂ ਨਾ ਕਰਿਓ ਉੱਥੇ ਜਾ ਕੇ। ਜਿੱਦਣ ਦੋਵੇਂ ਸਾਹਿਬਜ਼ਾਦੇ ਵੱਡੀ ਦਰਵਾਜ਼ੇ ਵੇਖ ਕੇ ਤੁਰੇ ਜਾ ਰਹੇ ਨੇ, ਅਤੇ ਕੀ ਵੇਖਿਆ? ਵੱਡੇ ਮੇਨ ਗੇਟ ਬੰਦ ਨੇ, ਛੋਟੀਆਂ ਖਿੜਕੀਆਂ ਖੁੱਲੀਆਂ ਹੋਈਆਂ ਨੇ। ਆ ਸਿਆਣਪ ਵੇਖੋ ਨਾ ਯੋਧਿਆਂ ਦੀ। ਜ਼ੋਰਾਵਰ ਸਿੰਘ ਫਤਿਹ ਸਿੰਘ ਨੂੰ ਕਹਿੰਦਾ, ਮੇਰੇ ਆ ਭਰਾਵਾ ਵੇਖ ਦੁਸ਼ਮਣ ਦੀ ਚਾਲ। ਇਹਨਾਂ ਨੇ ਹਵੇਲੀ ਦਾ ਵੱਡਾ ਮੇਨ ਦਰਵਾਜ਼ਾ ਜਿਹੜਾ ਹੈ ਬਾਦਸ਼ਾਹ ਦੇ ਦਰਬਾਰ ਦਾ, ਉਹ ਬੰਦ ਕੀਤਾ ਹੋਇਆ ਅਤੇ ਖਿੜਕੀਆਂ ਖੋਲੀਆਂ ਹੋਈਆਂ ਨੇ। ਫਤਿਹ ਸਿੰਘ ਨੂੰ ਕਿਹਾ, ਉਹ ਕਹਿੰਦਾ ਕਿਸ ਵਾਸਤੇ ਖੋਲੀਆਂ ਨੇ? ਕਹਿੰਦਾ ਇਹਨਾਂ ਇਸ ਕਰਕੇ ਖੋਲੀਆਂ, ਜਦੋਂ ਅਸੀਂ ਲੰਘਾਂਗੇ ਸਿਰ ਸਾਡਾ ਨੀਵਾਂ ਹੋਏਗਾ, ਅਤੇ ਇਹ ਹੱਸ ਪੈਣਗੇ, ਵੇਖੋ ਗੁਰੂ ਸਾਹਿਬ ਦੇ ਬੱਚਿਆਂ ਨੇ ਵਜ਼ੀਰ ਖਾਂ ਦੇ ਅੱਗੇ ਸਿਰ ਚੁਕਾ ਦਿੱਤਾ। ਉਹਨੇ ਆਖਿਆ ਫਿਰ ਕੀ ਕਰਨਾ ਹੈ? ਫਤਿਹ ਸਿੰਘ ਦਾ ਜਵਾਬ ਆਉਂਦਾ, ਮੇਰੇ ਭਰਾ ਜੋਰਾਵਰ ਸਿੰਘ, ਕਰਨਾ ਕੀ ਹੈ? ਆਪਾਂ ਸਿਰ ਪਛਾਂਹ ਰੱਖਾਂਗੇ, ਪਹਿਲਾਂ ਜੁੱਤੀ ਲਗਾਵਾਂਗੇ, ਜੁੱਤੀ ਵਿਖਾਵਾਂਗੇ। ਉੱਥੇ ਵੀ ਸਿਆਣਪ ਵੇਖੋ, ਵੀ ਸਿਰ ਨਹੀਂ ਪਹਿਲਾਂ ਜੁੱਤੀ, ਵੀ ਅਸੀਂ ਤਾਂ ਤੈਨੂੰ ਜੁੱਤੀ ਦੀ ਨੋਕ ਅੱਗੇ ਸਮਝਦੇ ਹਾਂ, ਸਾਡੇ ਵਾਸਤੇ ਤਾਂ ਮਾਲਕ ਹੀ ਸਭ ਕੁਝ ਹੈ। 7 ਅਤੇ 9 ਸਾਲ ਦੀ ਉਮਰ ਦੀ ਆਪਣੇ ਬੱਚਿਆਂ ਨਾਲ ਤੁਲਨਾ ਕਰਕੇ ਵੇਖੋ ਹੁਣ ਤੁਸੀਂ, 7 ਅਤੇ 9 ਸਾਲ ਦੀ ਬੱਚਿਆਂ ਦੀ ਆਪਣੇ ਬੱਚਿਆਂ ਨਾਲ ਤੁਲਨਾ ਕਰਕੇ ਵੇਖੋ, ਉਹਨਾਂ ਦੀ ਸਿਆਣਪ ਅਤੇ ਇਹਨਾਂ ਦੀ ਸਿਆਣਪ। ਇਹ ਗੌਰਵਮਈ ਇਤਿਹਾਸ ਸਾਡਿਆਂ ਬੱਚਿਆਂ ਤੱਕ ਪਹੁੰਚਣ ਹੀ ਨਹੀਂ ਦਿੱਤਾ, ਹੋਰ ਹੀ ਕੰਮਾਂ 'ਚ ਉਲਝਾ ਦਿੱਤਾ ਸਾਨੂੰ, ਮੰਗਤੇ ਜੇ ਬਣਾ ਦਿੱਤਾ ਵੀ ਆਹ ਪੜ੍ਹ ਲਓ ਅਤੇ ਆਹ ਮਿਲੇਗਾ, ਆਹ ਪੜ੍ਹ ਲਓ ਅਤੇ ਆਹ ਮਿਲੇਗਾ। ਕਿਸੇ ਨੇ ਆਖਿਆ ਜੀਵਨ ਉੱਚਾ ਹੋਏਗਾ, ਸਿਦਕ ਮਿਲੇਗਾ, ਸੰਤੋਖ ਮਿਲੇਗਾ, ਜ਼ਿੰਦਗੀ ਜਿਉਣ ਦਾ ਤਰੀਕਾ ਆਏਗਾ, ਪਦਾਰਥਵਾਦੀ ਬਣਾ ਦਿੱਤਾ ਵੀ ਪਦਾਰਥ ਮਿਲਣਗੇ ਪੈਣਗੇ। ਖੈਰ, ਉਹ ਯੋਧਿਆਂ ਦੇ ਜੀਵਨ 'ਚੋਂ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ, ਪੂਜਾ, ਵਰਤ, ਤਿਲਕ, ਚੌਥਾ ਹੈ ਇਸ਼ਨਾਨਾ। ਇਸ਼ਨਾਨ ਵੀ ਇਸ ਵਾਸਤੇ ਕਰ ਰਹੀ ਸੀ ਦੁਨੀਆ, ਸ਼ਾਇਦ ਰੱਬ ਦੀ ਪ੍ਰਾਪਤੀ ਹੋ ਜਾਏ। ਮੇਰੇ ਮਾਲਕ ਨੇ ਕਿਹਾ ਨਹੀਂ ਭਲਿਓ, ਇਸ਼ਨਾਨ ਕਰਨਾ ਸਰੀਰ ਦੀ ਲੋੜ ਹੈ, ਜਿਵੇਂ ਰੋਟੀ ਖਾਣਾ ਸਰੀਰ ਦੀ ਲੋੜ ਹੈ। ਇਹ ਧਾਰਮਿਕ ਸਥਾਨ, ਬੌਲੀਆਂ, ਸਰੋਵਰ ਇਸ ਵਾਸਤੇ ਬਣਾਏ ਸਨ, ਇਹਦੇ ਵਿੱਚ ਇਸ਼ਨਾਨ ਕਰਨ ਵਾਲਾ ਆਪਣੀ ਜਾਤ ਦਾ ਹੰਕਾਰ ਦੂਰ ਕਰ ਸਕੇ, ਇਸ਼ਨਾਨ ਕਰਨ ਵਾਲਾ ਫਿਰ ਉੱਥੇ ਖਲੋਤਾ ਹੋਇਆ, ਜਾਤ ਉੱਥੇ ਹੀ ਹੈ, ਜਾਤ ਪਾਤ ਅਹੰਕਾਰ ਉੱਥੇ ਟਿਕਿਆ ਹੋਇਆ ਹੈ। ਇਹ ਧਾਰਮਿਕ ਅਸਥਾਨਾਂ 'ਚ ਸਰੋਵਰ ਬੌਲੀਆਂ ਇਸ ਵਾਸਤੇ ਬਣਾਏ ਸਨ ਕਿ ਮਨੁੱਖ ਦੀ ਸੁਰਤ ਉੱਚੀ ਹੋ ਸਕੇ, ਜਾਤ ਪਾਤ ਦੇ ਹੰਕਾਰ ਤੋਂ ਮੁਕਤ ਹੋ ਸਕੇ। ਸਤਿਗੁਰੂ ਜੀ ਨੇ ਖਿਆਲ ਦਿੱਤਾ, ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬੋਧੈਨ ਇਸ਼ਨਾਨਾ। ਸਤਿਗੁਰ ਨੇ ਇਸ਼ਨਾਨ ਦੀ ਬੜੀ ਪਿਆਰੀ ਪਰਿਭਾਸ਼ਾ ਦੱਸੀ ਹੈ, ਕਹਿੰਦੇ ਪਾਪ ਕਰੈ ਪੰਚਾਂ ਕੇ ਵਸ ਰੇ। ਪੰਜਾਂ ਵਿਕਾਰਾਂ ਦੇ ਵਸ ਹੋ ਕੇ ਬੰਦਾ ਪਾਪ ਕਰਦਾ,
ਫਿਰ ਕਿਸੇ ਟਰੱਕ 'ਤੇ ਚੜ੍ਹ ਕੇ ਟ੍ਰੇਨ 'ਤੇ ਚੜ੍ਹ ਕੇ ਕਿਸੇ ਤੀਰਥ ਸਥਾਨ 'ਤੇ ਜਾਂਦਾ। ਪਾਪ ਕਰੈ ਪੰਚਾਂ ਕੇ ਵਸਰੇ, ਅਤੇ ਉੱਥੇ ਜਾ ਕੇ ਜਦੋਂ ਪਾਪ ਕਰਨ ਤੋਂ ਬਾਅਦ ਫਿਰ ਤੀਰਥ ਸਥਾਨ 'ਤੇ ਜਾ ਕੇ ਕਰਦਾ, ਤੀਰਥ ਨਹਾਏ ਕਹੇ ਸਭ ਉਤਰੇ। ਤੀਰਥ 'ਤੇ ਚੁੱਭੀ ਮਾਰ ਕੇ ਨਾ, ਜਿਵੇਂ ਕਿਸੇ ਕੋਲੋਂ ਕਰਜ਼ਾ ਲਿਆ ਹੋਵੇ, ਉਹਨੂੰ ਕਹਿੰਦਾ ਲੈ ਭਾਈ ਮੂਲ ਇੱਥੇ ਹੀ ਆ, ਵਿਆਜ ਚੁੱਕ, ਅਗਲੇ ਸਾਲ ਫਿਰ ਦੇ ਜੂੰ, ਮਹੀਨੇ ਦਾ ਛਿਆਂ ਮਹੀਨਿਆਂ ਦਾ ਆ ਚੁੱਕ, ਛਿਆਂ ਮਹੀਨਿਆਂ ਦਾ ਵਿਆਜ ਚੁੱਕ ਲਾ, ਮੂਲ ਉੱਥੇ ਹੀ ਹੈ। ਪਾਪ ਕਰੈ ਪੰਚਾਂ ਕੇ ਵਸਰੇ, ਤੀਰਥ ਨਹਾਏ। ਤੀਰਥਾਂ 'ਤੇ ਚੁੱਭੀ ਮਾਰ ਕੇ ਪਤਾ ਕੀ ਆਉਂਦਾ, ਲੈ ਬਾਪੂ ਪਿਛਲੇ ਲੈ ਗਏ, ਆਪ ਹੀ ਕਹਿੰਦਾ, ਗੁਰੂ ਨਹੀਂ ਕਹਿੰਦਾ। ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਖ। ਉੱਥੋਂ ਆਉਂਦਿਆਂ ਹੋਰ ਕਰ ਲੈਂਦਾ, ਉੱਥੋਂ ਆਉਂਦਿਆਂ ਹੋਰ ਕਰ ਲੈਂਦਾ। ਆ ਕਈਆਂ ਗਠੜੀ ਘਰ ਬਣੇ ਆ ਨਾ ਗੁਰਦੁਆਰਿਆਂ 'ਚ, ਗਠੜੀ ਘਰ ਜੋੜਾ ਘਰ ਕਿਉਂ ਬਣਾਏ ਨੇ, ਵੀ ਕਿਸੇ ਦਾ ਜੋੜਾ ਨਾ ਚੋਰੀ ਹੋਵੇ, ਗਠੜੀ ਘਰ ਕਿਸੇ ਦੇ ਕੱਪੜੇ ਨਾ ਚੋਰੀ ਹੋਣ। ਪਰ ਕਈ ਵਿਚਾਰੇ ਅਣਜਾਣ ਹੁੰਦੇ, ਬਾਹਰ ਹੀ ਸਰੋਵਰ ਦੇ ਕੰਢੇ ਉੱਦਾਂ ਹੀ ਕਛਹਿਰੇ 'ਤੇ ਉੱਦਾਂ ਹੀ ਤੌਲੀਏ ਪਾ ਦਿੰਦੇ, ਚੁੱਕੇ ਜਾਂਦੇ ਨੇ। ਉਹ ਤੌਲੀਏ ਕਛਹਿਰੇ ਨੂੰ ਕਿਤੇ ਪੈਰ ਥੋੜ੍ਹਾ ਲੱਗੇ ਨੇ, ਉਹ ਘਰੋਂ ਹੀ ਪਲੈਨਿੰਗ ਬਣਾ ਕੇ ਜਾਂਦਾ ਕੋਈ, ਵੀ ਜਿਹੜਾ ਪਿਛਲੀ ਮੱਸਿਆ 'ਤੇ ਚੁੱਕ ਕੇ ਲਿਆਇਆ ਸੀ ਤੌਲੀਆ, ਪੁਰਾਣਾ ਹੋ ਗਿਆ ਯਾਰ, ਕਿ ਵਧੀਆ ਜਿਹਾ ਚੁੱਕ ਕੇ ਲਿਆਉਣਾ। ਧਿਆਨ ਰੱਖਣਾ ਵੀ ਕਿਹੜਾ ਯਾਤਰੂ, 300 ਵਾਲਾ ਤੌਲੀਆ, 500 ਵਾਲਾ ਤੌਲੀਆ, ਵਧੀਆ ਜਿਹਾ ਵੇਖਣਾ ਜੋੜਾ। ਆ ਕਈ ਕਹਿਣਗੇ ਜੀ ਜੋੜਾ ਭੁਲੇਖੇ ਨਾ ਪਾ ਕੇ ਕੋਈ ਲੈ ਗਿਆ, ਭੁਲੇਖਾ ਨਹੀਂ ਕਦੀ ਪੈਂਦਾ, ਭੁਲੇਖਾ ਪਤਾ ਕਦੋਂ ਪੈਂਦਾ ਹੈ, ਜੋੜਾ ਛੱਡ ਜੂਗਾ 100 ਵਾਲਾ ਅਤੇ ਪਾ ਜੂ 400 ਵਾਲਾ, ਭੁਲੇਖਾ ਇਹ ਪਿਆ। ਕਦੀ ਇੱਦਾਂ ਹੋਇਆ ਵੀ ਭੁਲੇਖਾ ਪਿਆ ਹੋਵੇ ਵੀ 500 ਵਾਲਾ ਛੱਡ ਦੇ 100 ਵਾਲਾ ਪਾ ਕੇ ਲੈ ਜੇ, ਭੁਲੇਖਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਤੀਰਥਾਂ 'ਤੇ ਨਹਾਉਣ ਚੱਲੇ ਮਨ ਦਾ ਖੋੜ ਤਨ ਦਾ ਚੋਰ। ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾ ਚੜ੍ਹੀ ਅਸ ਹੋਰ, ਬਾਹਰ ਧੂਤੀ ਤੂੰਬੜੀ। ਬਾਹਰੋਂ ਤੂੰਬੜੀ ਤੁੰਮਾ, ਤੁੰਮਾ ਬੜਾ ਕੌੜਾ ਹੁੰਦਾ, ਤੁਸੀਂ ਵੇਖਿਆ ਹੋਣਾ, ਬੜਾ ਖਰਬੂਜੇ ਵਰਗਾ ਰੰਗ ਹੁੰਦਾ, ਵੇਖਣ ਨੂੰ ਬੜਾ ਸੋਹਣਾ ਲੱਗਦਾ, ਅਤੇ ਉਹਨੂੰ ਤੁਸੀਂ ਚਾਹਣੀ 'ਚ ਡਬੋ ਦਿਓ, ਗੁਲਾਬ ਜਾਮਨ ਵਾਲੀ 'ਚ, ਜਲੇਬੀਆਂ ਵਾਲੀ 'ਚ, ਮਿੱਠੇ 'ਚ ਡਬੋ ਛੱਡੋ, ਪਾਣੀ 'ਚ ਡਬੋ ਛੱਡੋ, ਉਹਦੀ ਕੜੱਤਣ ਦੂਰ ਨਹੀਂ ਹੁੰਦੀ। ਕਹਿੰਦੇ ਤੁੰਮੇ 'ਚ ਤਾਂ ਕੁੜੱਤਣ ਘੱਟ ਹੋਏਗੀ, ਤੇਰੀ ਉਹਦੇ ਤੇਰੇ ਵਿੱਚ ਉਹਦੇ ਨਾਲੋਂ ਜ਼ਿਆਦਾ, ਤੁੰਮਾ ਇੰਨੀ ਚਿਰ ਡੋਬਿਆ ਮਿੱਠਾ ਨਹੀਂ ਹੋ ਸਕਿਆ, ਤੂੰ ਕਿਵੇਂ ਪਾਣੀ 'ਚ ਡੁੱਬ ਕੇ ਮਿੱਠਾ ਹੋ ਜਾਏਗਾ, ਤੈਨੂੰ ਤਾਂ ਗੁਰਬਾਣੀ ਮਿੱਠਾ ਕਰ ਸਕਦੀ ਹੈ, ਗੁਰਬਾਣੀ 'ਚ ਵੀ ਲਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾ ਚੜ੍ਹੀ ਅਸ ਹੋਰ, ਬਾਹਰ ਧੋਤੀ ਤੂੰਬੜੀ, ਅੰਦਰ ਵਿਸਨ ਕੋਰ ਸਾਧ ਭਲੇ। ਅੰਨ ਨਹਾਤਿਆਂ, ਧਰਮੀ ਬੰਦਾ, ਗੁਰੂ ਦੇ ਗਿਆਨ ਨੂੰ ਸਮਝਣ ਅਤੇ ਵਿਚਾਰਨ ਵਾਲਾ, ਬਿਨਾਂ ਇਸ਼ਨਾਨ ਤੋਂ ਵੀ ਉਹਦੇ ਨਾਲੋਂ ਚੰਗਾ ਜਿਹੜਾ ਚੁੱਭੀ ਮਾਰ ਕੇ ਫਿਰ ਚੋਰੀ ਕਰ ਲਿਆਉਂਦਾ। ਸਾਧ ਭਲੇ ਅੰਨ ਨਹਾਤਿਆਂ, ਚੋਰ ਸੇ ਚੋਰਾ ਚੋਰ, ਚੋਰ ਤਾਂ ਫਿਰ ਚੋਰੀ ਕਰ ਲਿਆ ਆ। ਪਾਪ ਕਰੈ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵੈ। ਪਹਿਲਾਂ ਤੀਰਥਾਂ 'ਤੇ ਨਹਾ ਕੇ ਪਿਛਲਾ ਭਾਰ ਲਾ ਆਇਆ, ਕਹਿੰਦਾ ਲੈ ਬਾਪੂ ਆ ਛਿਆਂ ਮਹੀਨਿਆਂ ਦਾ ਹਿਸਾਬ ਬਰਾਬਰ, ਜਿਹੜਾ ਹੁਣ ਅਗਲਾ ਪਾਪ ਕਰਾਂਗਾ ਫਿਰ ਛਿਆਂ ਮਹੀਨਿਆਂ ਬਾਅਦ ਫਿਰ ਲਾ ਜੂ। ਬਹੁਰ ਕਮਾਵੈ ਹੋਏ ਨਿਸੰਖ, ਜਮਪੁਰ ਬਾਂਧ ਖਰੇ ਕਲੰਕ। ਸਿੱਧੀ ਜੀ ਗੱਲ ਗੁਰਦੇਵ ਨੇ ਕਹਿ ਦਿੱਤੀ, ਜਮਪੁਰ ਪੰਜਾਂ ਵਿਕਾਰਾਂ ਦੇ ਵਿੱਚ ਬੱਝੇ ਹੋਏ ਨੇ, ਇਸ਼ਨਾਨ ਕੀਤਾ ਜਾ ਰਿਹਾ, ਕਿਸ ਵਾਸਤੇ ਮਨ ਦੀ ਸ਼ਾਂਤੀ ਪੈਦਾ ਕਰ ਲਈ, ਟਿਕਾਅ ਪੈਦਾ ਕਰ ਲਈ, ਪੂਜਾ ਵਰਤ ਤਿਲਕ ਇਸ਼ਨਾਨਾ। ਹੁਣ ਪੰਜਵਾਂ ਆ ਗਿਆ, ਪੁੰਨ ਦਾਨ ਬਹੁ ਦੇਣ, ਪੰਜਵਾਂ ਕਰਮ ਕੀਤਾ ਜਾ ਰਿਹਾ ਪੁੰਨ ਦਾਨ, ਵੀ ਦਾਨ ਪੁੰਨ ਕਰ ਲਓ ਸ਼ਾਇਦ ਗੱਲ ਬਣ ਜਾਏ। ਕੋਈ ਲੰਗਰ ਲਵਾਉਂਦਾ ਹੈ, ਕੋਈ ਧਾਰਮਿਕ ਇਮਾਰਤ ਬਣਾਉਂਦਾ ਹੈ। ਕਹਿੰਦੇ ਆਪਣਾ ਧਾਰਮਿਕ ਇਮਾਰਤ ਬਣਾਉਣ ਦਾ ਵੀ ਇੱਕ ਤਰੀਕਾ ਵੇਖੋ, ਆਹ ਸਾਨੂੰ ਕਈ ਵਾਰੀ ਧਾਰਮਿਕ ਸਥਾਨਾਂ 'ਤੇ ਰਾਤ ਰਹਿਣ ਦਾ ਮੌਕਾ ਮਿਲਦਾ ਹੈ, ਕਮਰੇ 'ਚ ਰਹੀਦਾ, ਰਾਤ ਨੂੰ ਜਦੋਂ ਮੂੰਹ ਚੁੱਕ ਕੇ ਤਾਂ ਵੇਖੀਦਾ ਅਤੇ ਪੱਖਾ ਘੁੰਮ ਰਿਹਾ ਹੁੰਦਾ, ਉਹ ਜਦੋਂ ਪੱਖਾ ਖਲੋਂਦਾ ਹੈ ਨਾ, ਉਹਦੇ 'ਤੇ ਲਿਖਿਆ ਹੁੰਦਾ ਸਵਰਗਵਾਸੀ ਦਾਦੀ ਫਲਾਣੀ ਫਲਾਣੀ ਦੀ ਯਾਦ ਵਿੱਚ ਪੱਖਾ ਭੇਟ ਕੀਤਾ ਗਿਆ ਜਾਂ ਸੇਵਾ ਕਰਾਈ। ਕੋਈ NRI ਹੁੰਦਾ ਹੈ, ਕੋਈ ਇੱਥੋਂ ਦਾ ਹੁੰਦਾ ਹੈ, ਇੰਡੀਆ ਦਾ ਹੁੰਦਾ ਹੈ,
ਅਤੇ ਬੈਠਿਆਂ ਸੋਚਦਾ ਵਾਹ ਮਹਾਰਾਜ, ਨਾ ਇਹਨਾਂ ਦੀ ਦਾਦੀ ਚੜ੍ਹਾਈ ਕਰਦੀ, ਜੇ ਦਾਦੀ ਇਹਨਾਂ ਦੀ ਚੜ੍ਹਾਈ ਨਾ ਕੀਤੀ ਹੁੰਦੀ ਸਾਨੂੰ ਤਾਂ ਪੱਖਾ ਵੀ ਨਹੀਂ ਸੀ ਨਸੀਬ ਹੋਣਾ ਸੀ ਅਤੇ ਗਰਮੀ 'ਚ ਰਾਤ ਮਰ ਜਾਣਾ ਸੀ। ਵਾਹ 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 ਮਹਾਰਾਜ, ਇਹਨਾਂ ਦੀ ਦਾਦੀ ਚੜ੍ਹਾਈ ਕੀਤੀ, ਇਹਨਾਂ ਨੂੰ ਤਰਸ ਆਇਆ, ਇਹਨਾਂ ਨੇ ਉਹਨਾਂ ਦੀ ਯਾਦ 'ਚ ਪੱਖਾ ਲਾਇਆ, ਅਸੀਂ ਰਾਤ ਮੱਛਰ ਤੋਂ ਬਚੇ, ਫਿਰ ਗਏ ਪਾਣੀ ਪੀਣ, ਵਾਟਰ ਕੂਲਰ ਤੋਂ ਪਾਣੀ ਪੀਣ ਲੱਗੇ, ਫਿਰ ਲਿਖਿਆ ਉੱਥੇ NRI UK ਸਵਰਗ ਵਾਸਤੇ ਦਾਦਾ ਜੀ ਦੀ ਯਾਦ 'ਚ, ਨਾਨਾ ਜੀ ਦੀ ਯਾਦ 'ਚ ਸੇਵਾ ਕਰਾਈ। ਮਹਾਰਾਜ ਵਾਟਰ ਕੂਲਰ ਵੀ ਉਹਦਾ, ਪੱਖਾ ਵੀ ਉਹਦਾ, ਮਹਾਰਾਜ ਤੁਹਾਡਾ ਕੀ ਇੱਥੇ? ਪਾਣੀ ਪੀਣ ਵਾਲੇ ਆ ਮਤਾਂ ਸੋਚੀ, ਗੁਰੂ ਨਾਨਕ ਦੇ ਵਾਟਰ ਕੂਲਰ 'ਚੋਂ ਪਾਣੀ ਪੀ ਰਹੇ ਹੈ, ਪੱਖੇ ਦੀ ਹਵਾ ਲੈਣ ਵਾਲੇ ਆ ਮਤਾਂ ਸੋਚੀ, ਇਹ ਗੁਰੂ ਨਾਨਕ ਤੈਨੂੰ ਹਵਾ ਦੇ ਰਹੇ ਹੈ ਅਤੇ ਸਾਡੀ ਦਾਦੀ ਚੜ੍ਹਾਈ ਕੀਤੀ ਸੀ। ਅਤੇ ਅਸੀਂ ਫਿਰ ਬੈਠੇ ਸੋਚਦੇ ਹੁੰਦੇ ਹਾਂ ਮਹਾਰਾਜ ਇੱਦਾਂ ਹੀ ਦਾਦੀਆਂ ਦਾਦੇ ਚੜ੍ਹਾਈ ਕਰਦੇ ਰਹਿਣ ਅਤੇ AC ਕੂਲਰ ਚੜ੍ਹਦੇ ਰਹਿਣ, ਅਸੀਂ ਤਾਂ ਰਹਿਣੇ ਗੁਰਦੁਆਰਿਆਂ 'ਚ, ਸਾਨੂੰ ਠੰਡੀਆਂ ਹਵਾਵਾਂ ਅਤੇ ਠੰਡੇ ਪਾਣੀ ਪੀਣ ਨੂੰ ਮਿਲਦੇ ਰਹਿਣ। ਵਾਹ ਕੈਸਾ ਸਿੱਖ, ਕਿੰਨਾ ਵਪਾਰੀ ਹੈ ਵੀ! ਇਹ ਗੱਲਾਂ ਤਾਂ ਕਈ ਵਾਰੀ ਕੜਵੀਆਂ ਲੱਗਦੀਆਂ ਨੇ ਪਰ ਹੈ ਇਹ ਖਰੀਆਂ, ਦੱਸੋ ਨਹੀਂ ਹੈ ਤਾਂ ਦੱਸੋ। ਵਾਟਰ ਕੂਲਰ ਚੜ੍ਹਾਇਆ ਅਤੇ ਸੰਗਤ ਨੇ ਪਾਣੀ ਪੀਣਾ, ਨਾ ਲਿਖਾਉਣ ਦੀ ਕੀ ਲੋੜ? ਪਰ ਪੁੰਨ ਦਾਨ ਹੈ ਨਾ। ਹੁਣ ਦਾਦੀ ਭਾਵੇਂ ਵਿਚਾਰੀ ਤੱਥਾ ਪਾਣੀ ਪੀਂਦੀ ਰਹੀ ਹੋਵੇ, ਜਾਚ 'ਤੇ ਕੂਲਰ ਚੜ੍ਹਾਈ ਦਿੱਤਾ ਨਾ ਵਾਟਰ ਕੂਲਰ, ਉਹਨੂੰ ਤਾਂ ਪਾਣੀ ਭਾਵੇਂ ਵਿਚਾਰੀ ਨੂੰ ਕਿਤੇ ਬਰਫ਼ ਦਾ ਪਾਣੀ ਨਸੀਬ ਹੀ ਨਾ ਹੋਇਆ ਹੋਵੇ, ਉਹਨੂੰ ਭਾਵੇਂ ਵਿਚਾਰੀ ਨੂੰ ਕਦੀ ਨਸੀਬ ਹੀ ਨਾ ਹੋਇਆ ਹੋਵੇ AC ਪੱਖਾ, ਪਰ ਜਾਤ 'ਤੇ ਚੜ੍ਹਾਈ ਦਿੱਤਾ ਨਾ। ਪੁੰਨ ਦਾਨ ਬੋਦੈਨ, ਦਾਨ ਪੁੰਨ ਬੜਾ ਮਹਾਰਾਜ ਕੀਤਾ ਜਾ ਰਿਹਾ। ਕਹੂੰ ਨਾ ਭੀਜੈ ਸੰਜਮ ਸਵਾਮੀ, ਕਿਸੇ ਵੀ ਸੰਜਮ ਨਾਲ ਸਵਾਮੀ ਨਹੀਂ ਖੁਸ਼ ਹੋਏਗਾ। ਕਿ ਤਰੀਕੇ ਨਾਲ ਆੜੇ ਉੱਪਰ ਤਰੀਕੇ ਦੱਸੇ ਆ ਨਾ, ਇਹਨਾਂ ਤਰੀਕਿਆਂ ਨਾਲ ਮੇਰੇ ਮਾਲਕ ਨੇ ਨਹੀਂ ਖੁਸ਼ ਹੋਣਾ, ਇਹ ਗੁਰੂ ਅਰਜਨ ਸਾਹਿਬ ਦਾ ਖਿਆਲ ਹੈ। ਕਹੂੰ ਨਾ ਭੀਜੈ ਸੰਜਮ ਸਵਾਮੀ, ਬੋਲੇ ਮੀਠੇ ਬੈਨ, ਭਾਵੇਂ ਤੂੰ ਮਿੱਠੀਆਂ ਮਿੱਠੀਆਂ ਗੱਲਾਂ ਕਰੀ ਜਾ ਤਾਂ ਵੀ ਨਹੀਂ ਖੁਸ਼ ਹੋਣਾ। ਪਹਿਲਾ ਬੰਦ। ਹੁਣ ਸਤਿਗੁਰੂ ਜੀ ਦੂਜੇ ਬੰਦ ਵਿੱਚ ਕਹਿੰਦੇ ਨੇ ਜਾਪ ਤਾਪ, ਹੁਣ ਕਿਰਾਏ ਜਾਪ ਜਾ ਰਹੇ ਨੇ ਇੱਥੇ। ਹੁਣ ਸ਼ਬਦ ਗੁਰੂ ਪ੍ਰਚਾਰ ਸਮਾਗਮ ਤਾਂ ਬਹੁਤ ਘੱਟ ਨਜ਼ਰ ਆਉਂਦੇ ਨੇ, ਇੱਥੇ ਜਪ ਤਪ ਸਮਾਗਮ ਨਜ਼ਰ ਆਉਂਦੇ ਨੇ। ਜਪ ਤਪ ਸਮਾਗਮ ਜਿਹੜਿਆਂ ਜਪਾਂ ਤਪਾਂ ਤੋਂ ਗੁਰੂ ਨਾਨਕ ਨੇ ਉੱਪਰੋਂ ਕੱਢਿਆ ਸੀ ਨਾ ਵੀ ਜ਼ਿੰਦਗੀ ਸਮਝ, ਉਹ ਜਪ ਤਪ ਸਮਾਗਮ ਰਹਿ ਗਿਆ, ਸ਼ਬਦ ਗੁਰੂ ਪ੍ਰਚਾਰ ਸਮਾਗਮ ਜੀਵਨ 'ਚੋਂ ਨਿਕਲ ਗਿਆ, ਅਲੋਪ ਹੋ ਗਿਆ, ਰੁੱਖ ਹੀ ਬਦਲ ਗਿਆ ਪ੍ਰਚਾਰ ਦਾ, ਹਵਾ ਹੀ ਹੋਰ ਕਿਸੇ ਬੰਨੇ ਹੋ ਗਈ। ਜਾਪ ਤਾਪ ਭਰਮਨ ਬਸੁਦਾ ਕਰ, ਨਾ ਨਾ ਕਿਸੇ ਸ਼ਬਦ ਦਾ ਜਾਪ ਕੀਤਿਆਂ ਉਹਨੇ ਖੁਸ਼ ਹੋਣਾ ਹੈ, ਨਾ ਤਪੱਸਿਆ ਕੀਤਿਆਂ। ਤਪ ਕਰਨਾ ਕੀ ਹੁੰਦਾ ਹੈ? ਕਿ ਨੰਗੇ ਪੈਰੀਂ ਗੁਰਦੁਆਰੇ ਜਾਵਾਂ, ਸ਼ਾਇਦ ਫਿਰ ਗੱਲ ਬਣ ਜਾਏ। ਕਈ ਚਲੀਆ ਕੱਢਦੇ ਨੇ ਨੰਗੇ ਪੈਰੀਂ ਜਾਣ ਦਾ, ਸਰਦੀਆਂ 'ਚ ਖਾਸ ਕਰਕੇ ਨੰਗੇ ਪੈਰੀਂ ਸਰਦੀਆਂ 'ਚ ਗੁਰੂ ਕੋਲ, ਜੇ ਗੱਡੀ ਹੈਗੀ ਤਾਂ ਗੱਡੀ 'ਤੇ ਆਓ, ਜੇ ਕੋਈ ਮੋਟਰਸਾਈਕਲ ਵਾਹਨ ਹੈ ਉੱਥੇ ਆਓ, ਗੁਰੂ ਨੇ ਖੁਸ਼ ਹੋ ਜਾਣਾ। ਪਰ ਨਹੀਂ, ਉਹਨਾਂ ਨੂੰ ਇੰਝ ਲੱਗਦਾ ਨੰਗੇ ਪੈਰੀਂ ਆਵਾਂਗੇ, ਅੱਜ ਪੱਕਾ ਗੁਰੂ ਬਾਹਰ ਖਲੋਤਾ ਹੋਣਾ, ਸਾਨੂੰ ਉਡੀਕਣ ਡਿਆ ਹੋਣਾ ਹੈ। ਸਰਦੀਆਂ 'ਚ ਹੋਵੇ ਅਤੇ ਨੰਗੇ ਪੈਰੀਂ ਆਵੇ ਤਾਂ ਹੋ ਜਾਏ ਨਮੂਨੀਆ, ਹੋਸਪਿਟਲ ਪਹੁੰਚ ਜਾਏ, ਰਿਸ਼ਤੇਦਾਰ ਪਤਾ ਲੈਣ ਜਾਣ, ਕੋਈ ਫਰੂਟ ਲੈਣ ਜਾਵੇ, ਉਹ ਕਹੇ ਭਾਈ ਸਾਹਿਬ ਜੀ ਤੁਸੀਂ ਤਾਂ 2 ਵਜੇ ਨੰਗੇ ਪੈਰ ਜਾਂਦੇ ਸੀ, ਤੁਹਾਨੂੰ ਇਹ ਬਿਮਾਰੀ ਕਿਵੇਂ ਲੱਗ ਗਈ? ਤੁਸੀਂ ਕਿਵੇਂ ਬਿਮਾਰ ਹੋ ਗਏ? ਤੁਸੀਂ ਤਾਂ ਇੰਨੀ ਸੇਵਾ ਕਰਦੇ ਸੀ। ਅਤੇ ਮੇਰੇ ਬਾਪੂ ਨੂੰ ਕਹਿਣਾ ਪੈਂਦਾ ਪੱਗ ਉੱਪੇ ਤਾਣਾ, ਮੈਂ ਥੋੜ੍ਹਾ ਆਖਿਆ ਸੀ ਨੰਗੇ ਪੈਰੀ ਤੁਰੋ, ਆਸਾ ਕੀ ਵਾਰ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਜੇ ਇਹਨਾਂ ਨੂੰ ਨਮੂਨੀਆ ਹੋਇਆ ਤਾਂ ਇਹਨਾਂ ਨੇ ਗਲਤੀ ਕੀਤੀ, ਮੈਂ ਕਦੋਂ ਆਖਿਆ ਸੀ? ਮੈਂ ਤਾਂ ਕਿਹਾ ਸੀ ਜੇ ਜੋੜੇ ਹੈਗੇ ਤਾਂ ਪਾ ਕੇ ਆਓ, ਜੋੜਾ ਘਰ ਬਣਾਇਆ ਪ੍ਰਬੰਧਕਾਂ ਨੇ, ਇਹ ਆਪ ਹੀ ਲਾ ਕੇ ਆ ਗਿਆ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਹੁਣ ਇਹ ਆਸਾ ਕੀ ਵਾਰ ਉਹ ਜਿਹੜੀ ਰੋਜ਼ ਪੜ੍ਹਦਾ ਸਿੱਖ ਪਰ ਨੰਗੇ ਪੈਰੀ ਆਉਂਦਾ। ਸਤਿਗੁਰੂ ਜੀ ਨੇ ਕਿੱਡੇ ਪਿਆਰੇ ਸਿਧਾਂਤ ਦਿੱਤੇ ਨੇ, ਕਸ਼ ਦਿੱਤਾ ਜਾ ਰਿਹਾ ਸਰੀਰ ਨੂੰ, ਸਰੀਰ ਨੂੰ ਕਸ਼ ਦਿੱਤੀਆਂ ਗੱਲ ਨਹੀਂ ਬਣਨੀ, ਮਨ 'ਚ ਜ਼ਹਿਰ ਭਰਿਆ ਪਿਆ, ਸ਼ਬਦ ਦੀ ਵਿਚਾਰ ਨਾਲ ਅੰਦਰੋਂ ਜ਼ਹਿਰ ਕੱਢਣਾ, ਚੰਗੀਆਂ ਵਿਚਾਰਾਂ ਲੈ ਕੇ ਆਉਣੀਆਂ, ਸੋਹਣਾ ਜੀਵਨ ਜਿਉਣਾ ਹੈ। ਜਾਪ ਤਾਪ ਤਪ ਕੀਤਿਆਂ, ਕੋਈ ਇੱਕ ਤੁਕ ਦਾ ਅਭਿਆਸ ਕੀਤਿਆਂ, ਮਕੈਨੀਕਲ ਰੈਪੀਟੇਸ਼ਨ ਚਾਬੀ ਵਾਲਾ ਮੰਤਰ ਜਪਿਆਂ ਉਹਨੇ ਖੁਸ਼ ਨਹੀਂ ਹੋਣਾ। ਜਾਪ ਤਾਪ ਭਰਮਨ, ਨੰਗੇ ਪੈਰੀ ਭਰਮਣ ਨਾਲ ਕਈ ਯਾਤਰਾ 'ਤੇ ਜਾਂਦੇ ਨੇ, ਸਾਈਕਲ 'ਤੇ ਨਿਕਲਦੇ ਨੇ, ਵੀ ਅਸੀਂ ਸਾਈਕਲ 'ਤੇ ਪੂਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਆਉਣੇ, ਕੀ ਹੋਏਗਾ?
ਸਤਿਗੁਰ ਨੇ ਕਿਹਾ ਜਾਪ ਤਾਪ ਭਰਮਨ ਵਸੁਦਾ ਕਰ। ਵਸੁਦਾ ਕਹਿੰਦੇ ਧਰਤੀ ਨੂੰ, ਸਾਰੀ ਧਰਤੀ ਘੁੰਮ ਲੈ। ਉਰਦ ਤਾਪ ਪੁੱਠੇ ਲੜਕ ਲੈ, ਲੱਤਾਂ ਤਾਂ ਕਰ ਲੈ, ਸਿਰ ਠਾਂ ਕਰ ਲੈ, ਸ਼ਾਇਦ ਇੱਦਾਂ ਰੱਬ ਖੁਸ਼ ਹੋ ਜਾਏ। ਇੱਦਾਂ ਚਮਗਿੱਦੜ ਰਹਿੰਦਾ ਹੈ, ਕਦੀ ਚਮਗਿੱਦੜ ਵੇਖਣਾ, ਕੋੜ ਕਿਰਲੀਆਂ ਵੇਖਣੀਆਂ, ਪੁੱਠੀਆਂ ਲੜਕੀਆਂ ਹੁੰਦੀਆਂ ਨੇ, ਰੱਬ ਉਹਨਾਂ ਨੂੰ ਮਿਲ ਜਾਏ। ਸਾਰਿਆਂ ਭੁਲੇਖਿਆਂ 'ਚੋਂ ਮਾਲਕ ਨੇ ਕੱਢ ਦਿੱਤਾ। ਉਰਦ ਤਾਪ ਲੈ ਗੈਨ, ਕਈ ਸਵਾਸ ਰੋਕ ਲੈਂਦੇ ਨੇ, ਸਮਾਧੀਆਂ ਲਾ ਲੈਂਦੇ ਨੇ। ਉਰਦ ਤਾਪ ਲੈ ਗੈਨ ਇਹ ਬਿਦ ਨੈ ਪਤੀਆਂ ਨੋ ਠਾਕੁਰ, ਇਹਨਾਂ ਵਿੱਚੋਂ ਕਿਸੇ ਵਿਧੀ ਦੇ ਨਾਲ ਠਾਕੁਰ ਨਹੀਂ ਪਤੀਜੇਗਾ, ਨਹੀਂ ਖੁਸ਼ ਹੋਏਗਾ। ਇਹ ਬਿਦ ਨੈ ਪਤੀਆਂ ਨੋ ਠਾਕੁਰ, ਯੋਗ ਜੁਗਤ ਜੋਗੀਆਂ ਦੀਆਂ ਜੁਗਤੀਆਂ ਨਾਲ, ਅਗਲਾ ਬਚਨ ਹੈ ਜੈਨ, ਯੋਗ ਜੁਗਤ ਕਰ ਜੈਨ, ਨਾ ਜੈਨੀਆਂ ਦੀਆਂ ਜੁਗਤੀਆਂ ਨਾਲ ਜੈਨ ਮਾਰਗ ਦੇ ਕਰਮ ਕੀਤੀਆਂ ਅਤੇ ਨਾ ਜੋਗੀਆਂ ਵਾਲੀਆਂ ਜੁਗਤੀਆਂ ਧਾਰਨ ਕੀਤੀਆਂ, ਇਹਨਾਂ 'ਚੋਂ ਕਿਸੇ ਵੀ ਤਰੀਕੇ ਨਾਲ ਮਾਲਕ ਖੁਸ਼ ਨਹੀਂ ਹੋਏਗਾ। ਮਹਾਰਾਜ ਫਿਰ ਕਿਹੜਾ ਤਰੀਕਾ ਹੈ? ਆਖੀਰਲੀ ਬੰਦ ਵਿੱਚ ਸਤਿਗੁਰ ਨੇ ਤਰੀਕਾ ਦੱਸਿਆ, ਅੰਮ੍ਰਿਤ ਨਾਮ। ਅੰਮ੍ਰਿਤ ਨਾਮ ਜੀਵਨ ਵਿੱਚ ਅੰਮ੍ਰਿਤ ਭਰਨ ਵਾਲਾ, ਉਹਦਾ ਨਾਮ ਅੰਮ੍ਰਿਤ ਨਾਮ। ਨਿਰਮੋਲਕ ਹਰ ਜਸ, ਉਹਦਾ ਜਸ ਨਿਰਮੋਲਕ ਹੈ, ਜਿਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿੰਨ ਪਾਇਓ, ਪਾਇਆ ਕਹਿੰਦੇ ਹੈ ਜਿਸ ਕਿਰਪੈਨ, ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣ ਗਿਆ। ਅਤੇ ਕਿਰਪਾ ਦਾ ਪਾਤਰ ਉਹ ਬਣਿਆ ਜਿਹਨੇ ਉਸਦੀ ਗੱਲ ਮੰਨੀ। ਬਾਪੂ ਦੀ ਜਾਇਦਾਦ ਦਾ ਹੱਕ ਵੀ ਉਹ ਲੈਂਦਾ ਜਿਹੜਾ ਬਾਪੂ ਦੀ ਗੱਲ ਮੰਨਦਾ। ਮਾਂ ਬਾਪ ਦੀ ਜਾਇਦਾਦ ਵੀ ਉਹੀ ਬੱਚਾ ਲੈ ਪਾਉਂਦਾ ਜਿਹੜਾ ਮਾਂ ਬਾਪ ਦੀ ਸੇਵਾ ਕਰਦਾ ਹੈ। ਅਤੇ ਜੇ ਨਾ ਮਾਂ ਬਾਪ ਦੀ ਸੇਵਾ ਕਰੇ ਤਾਂ ਕਈ ਵਾਰੀ ਜਿਉਂਦੇ ਮਾਂ ਬਾਪ ਬੱਚਿਆਂ ਬਾਰੇ ਲਿਖ ਦਿੰਦੇ ਨੇ, ਮੈਂ ਆਪਣੇ ਇਕਲੌਤੇ ਪੁੱਤਰ ਨੂੰ ਚੱਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਤਿੰਨ ਪਾਇਓ, ਉਹਨੇ ਪਾਇਆ ਹੈ। ਜਿਸ ਕਿਰਪੈਨ, ਜਿਸ ਨੇ ਗੱਲ ਮੰਨੀ ਉਹਦੇ 'ਤੇ ਕਿਰਪੈਨ ਹੋ ਗਈ, ਕਿਰਪਾ ਹੋ ਗਈ। ਸਾਧ ਸੰਗ ਰੰਗ ਪ੍ਰਭ ਭੇਟੈ, ਸੰਗਤ ਵਿੱਚ ਆ ਕੇ ਗੁਰੂ ਦੇ ਕੋਲ ਆ ਕੇ ਉਹ ਪਰਮਾਤਮਾ ਦੇ ਰੰਗ ਵਿੱਚ ਇੱਕਮਿਕ ਹੋ ਗਿਆ, ਭੇਟੇ ਦਾ ਅਰਥ ਮਿਲ ਪਿਆ। ਸਾਧ ਸੰਗ ਰੰਗ ਪ੍ਰਭ ਭੇਟੈ, ਨਾਨਕ ਸੁਖ ਜਨ ਰਹਿਣ। ਹੇ ਨਾਨਕ ਆਖ, ਉਸ ਜਨ ਦੀ ਉਸ ਸੇਵਕ ਦੀ ਰਾਤ ਸੁੱਖਾਂ ਨਾਲ ਬਤੀਤ ਹੋਈ। ਰਾਤ ਕਿਹੜੀ? ਜੀਵਨ, ਸਮੁੱਚੇ ਜੀਵਨ ਨੂੰ ਮਾਲਕ ਨੇ ਬਾਣੀ 'ਚ ਰਾਤ ਕੇ ਸੁੱਖ ਜਨ ਰਹਿਣ, ਉਹਦੀ ਜੀਵਨ ਰੂਪੀ ਰਾਤ ਸੁੱਖਾਂ ਨਾਲ ਬਤੀਤ ਹੋਈ। ਭਾਗਾਂ ਵਾਲੇ ਗੁਰਸਿੱਖੋ, ਆਓ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਗੁਰੂ ਦੇ ਪ੍ਰੇਮ ਵਿੱਚ ਰੰਗੇ ਜਾਈਏ, ਸੱਚ ਨਾਲ ਸਾਂਝ ਪੈ ਜਾਏ। ਅਤੇ ਜਿਹੜਿਆਂ ਕਰਮਕਾਂਡਾਂ 'ਚੋਂ ਗੁਰਦੇਵ ਮੁਕਤ ਕਰਾ ਕੇ ਗਏ ਸਨ, ਉਹ ਕਰਮਕਾਂਡ ਛੱਡ ਕੇ ਹਰ ਵਕਤ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝੀਏ, ਉਹਦੀ ਦੱਸੀ ਹੋਈ ਵਿਚਾਰ ਨੂੰ ਜ਼ਿੰਦਗੀ ਦੇ ਵਿੱਚ ਅਪਣਾਈਏ, ਬੱਚਿਆਂ ਨੂੰ ਦੱਸੀਏ, ਧੀਆਂ ਨੂੰ ਦੱਸੀਏ, ਪੁੱਤਰਾਂ ਨੂੰ ਦੱਸੀਏ, ਪਰਿਵਾਰਾਂ 'ਚ ਬਾਣੀ ਦੀ ਵਿਚਾਰ ਕਰੀਏ, ਅਤੇ ਕੀ ਹੋਏਗਾ? ਫਿਰ ਘਰ ਸਵਰਗ ਬਣ ਜਾਏਗਾ। ਤਹਿ ਬੈਕੁੰਠ ਜੈ ਕੀਰਤਨ ਤੇਰਾ, ਸਵਰਗ ਉੱਥੇ ਹੀ ਹੈ ਜਿੱਥੇ ਉਸਦੀ ਉਸਤਤ ਹੈ। ਉਸਤਤ ਘਰਾਂ 'ਚ ਆਰੰਭ ਹੋ ਜਾਏ, ਘਰ ਘਰ ਅੰਦਰ ਧਰਮਸ਼ਾਲ ਹਿਰਦਾ ਧਰਮਸ਼ਾਲਾ ਬਣ ਜਾਏ। ਇਹ ਉਦੋਂ ਬਣੇਗਾ ਜਦੋਂ ਇੱਟਾਂ ਦਾ ਘਰ ਧਰਮਸ਼ਾਲਾ ਬਣ ਗਿਆ। ਮਾਲਕ ਜੀ ਬਖਸ਼ਿਸ਼ ਕਰਨ। ਕੋਟਾਨ ਕੋਟ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਦਾ ਸ਼ੁਕਰਾਨਾ ਹੈ। ਜੇ ਦੋ ਦਿਨ ਦੀਵਾਨ ਹੋਰ ਨੇ, ਅਖੀਰ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਸਤਿਗੁਰ ਦੀਆਂ ਵਿਚਾਰਾਂ ਸਰਵਣ ਕੀਤੀਆਂ ਹਨ। ਭੁੱਲਾਂ ਮੇਰੀਆਂ ਬਚਨ ਸਤਿਗੁਰ ਦੇ ਜਾਣ ਕੇ ਹਿਰਦੇ 'ਚੋਂ ਸੋਣਾ, ਗੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।